ਸਵਾਗਤ ਦੇਸ਼ ਵਿਦੇਸ਼ ਵਿੱਚ ਪਟੇ ਸਾਰੇ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਕੱਲਾ ਤਗੀਤ ਦੇ ਵਿੱਚ ਮੈਂ ਅਮੇਗਾ ਮੈਂ ਹਾਂ ਸੰਜੀਵ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਨੇ ਜਿਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਨਾਲ ਆਪਣਾ ਸੁਭਾ ਲੋਕਾਂ ਦੇ ਸਾਹਮਣੇ ਰੱਖਦੇ ਹਾਂ ਇੱਕ ਮੁੰਡਾ ਜਾ ਰਿਹਾ ਤੇ ਇੱਕ ਥਾਂ ਦੇ ਉੱਤੇ ਨਾ ਇੱਕ ਬਿਲਡਿੰਗ ਬਣ ਰਹੀ ਹੈ ਤੇ ਉੱਥੇ ਕੁਝ ਮਜ਼ਦੂਰ ਪੱਥਰ ਤੋੜਦੇ ਪਏ ਨੇ ਉਹ ਮੁੰਡੇ ਨੇ ਇੱਕ ਮਜ਼ਦੂਰ ਨੂੰ ਪੁੱਛਿਆ ਪਾਜੀ ਕੀ ਕਰਦੇ ਹੋ ਕਹਿੰਦਾ ਦਿਖਦਾ ਨਹੀਂ ਕੀ ਕਰਦਾ ਪੁੱਛਦਾ ਪਿਆ ਮੈਨੂੰ ਕੀ ਕਰਦੇ ਹੋ ਕਹਿੰਦਾ ਸੌਰੀ ਹੂੰ ਅੱਗੇ ਗਿਆ ਦੂਜੇ ਨੂੰ ਪੁੱਛਦਾ ਕਹਿੰਦਾ ਪਾਜੀ ਕੀ ਕਰਦੇ ਹੋ ਕੀ ਕਰਨਾ ਯਾਰ ਮਜ਼ਦੂਰੀ ਕਰਦੇ ਆ ਰੋਟੀ ਖਾਣੀ ਹੈ ਮਜ਼ਦੂਰੀ ਕਰਾਂਗੇ ਤਾਂ ਰੋਟੀ ਖਾਵਾਂਗੇ ਨਾ ਹੋਰ ਕੀ ਕਰਦੇ ਆ ਕਹਿੰਦਾ اچھا ਪਾਜੀ ਅੱਗੇ ਚਲਾ ਗਿਆ ਤੀਜੇ ਨੂੰ ਪੁੱਛਦਾ ਹਾਂਜੀ ਪਾਜੀ ਕੀ ਕਰਦੇ ਹੋ ਕਹਿੰਦਾ ਬਹੁਤ ਸੋਹਣੀ ਇਮਾਰਤ ਬਣਾ ਰਹੇ ਆ ਜਦੋਂ ਬਣੂਗੀ ਨਾ ਉਹ ਜਦੋਂ ਤੁਸੀਂ ਦੇਖਿਓ ਤੁਸੀਂ ਕਹੋਗੇ ਕਮਾਲ ਕਰਤੀ ਉੱਥੇ ਅਸੀਂ ਕੰਮ ਕਰਦੇ ਪਏ ਹੁਣ ਉਹ ਸਿਚੁਏਸ਼ਨ ਇੱਕੋ ਹੀ ਹੈ ਕਿ ਤਿੰਨੋਂ ਜਣੇ ਪੱਥਰ ਤੋੜਦੇ ਪਏ ਨੇ ਇੱਕ ਉਹਨੂੰ ਲੜਨ ਨੂੰ ਪੈ ਗਿਆ ਦੂਜਾ ਆਪਣੀ ਮਜ਼ਦੂਰੀ ਦੱਸਦਾ ਹੈ ਤੇ ਜਿਹਨੂੰ ਖੁਸ਼ੀ ਹੋ ਰਹੀ ਹੈ ਕਿ ਇੱਕ ਅਸੀਂ ਇਮਾਰਤ ਬਣਾ ਰਹੇ ਹਾਂ ਬਿਲਕੁਲ ਮਤਲਬ ਸਮੱਸਿਆ ਉਹ ਇਹੀ ਹੈ ਤੇ ਸਮੱਸਿਆ ਨੂੰ ਦੇਖਣ ਦਾ ਆਪਣਾ ਆਪਣਾ ਸਬਦਾ ਨਜ਼ਰੀਆ ਹੈ ਤੇ ਇਦਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਕਰਦੇ ਆ ਨਾ ਕਿ ਉਹ ਹੀ ਸਮੱਸਿਆ ਕਈ ਲੋਕਾਂ ਨਾਲ ਹੁੰਦੀ ਹੈ ਪਰ ਕੁਝ ਲੋਕ ਇਦਾਂ ਦੇ ਹੁੰਦੇ ਨੇ ਕਿ ਇੰਨਾ ਤਣਾ ਲੈ ਲੈਂਦੇ ਨੇ ਇੰਨਾ ਸਟ्रेस ਲੈ ਲੈਂਦੇ ਨੇ ਕਿ ਹੌਲੀ ਹੌਲੀ ਇਹ ਤਣਾ ਇਹ ਸਟ्रेस ਇੱਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦਾ ਹੈ ਬਿਲਕੁਲ ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਦਾ ਅਸੀਂ ਸਟ्रेस ਲੈਣਾ ਸ਼ੁਰੂ ਕਰਦੇ ਨੇ ਕੋਈ ਚੀਜ਼ ਨਹੀਂ ਮਿਲ ਰਹੀ ਅਸੀਂ ਤਾਂ ਤਣਾ ਲੈਨੇ ਆ ਕੋਚ ਇਸ ਬਹੁਤ ਜ਼ਿਆਦਾ ਸਾਡੇ ਕੋਲ ਆ ਗਈ ਤੇ ਇਹਨੂੰ ਕਿਵੇਂ ਸਾਹਮਣਾ ਉਹਦਾ ਵੀ ਸਾਨੂੰ ਤਣਾ ਹੋ ਜਾਂਦਾ ਮੌਸਮ ਨੂੰ ਲੈ ਕੇ ਅਸੀਂ ਕਈ ਵਾਰ ਤਣਾ ਦੇ ਵਿੱਚ ਆ ਜਾਂਦੇ ਇੰਨੀ ਧੁੱਪ ਕਿਉਂ ਹੈ ਬਾਰਿਸ਼ ਕਿਉਂ ਨਹੀਂ ਹੋ ਰਹੀ ਹੈ ਅਸੀਂ ਕਿਸੇ ਥਾਂ ਤੇ ਪਹੁੰਚਣਾ ਮਤਲਬ ਹਰ ਗੱਲ ਦਾ ਅਸੀਂ ਹਰ ਗੱਲ ਨੂੰ ਲੈ ਕੇ ਔਰ ਇੱਕ ਸਾਡਾ ਸ਼ਬਦ ਹੈ ਬੜਾ ਸਿਆਪਾ ਹੈਨਾ ਬੰਦਾ ਹਰ ਗੱਲ ਸਿਆਪਾ ਇੱਕ ਹੀ ਹੋਇਆ ਜੀ ਮਤਲਬ ਖੁਸ਼ੀ ਖੁਸ਼ੀ ਦੇਖੋ ਨਾ ਸਮੱਸਿਆ ਇਦਾਂ ਦੇ ਹੱਲ ਨਹੀਂ ਨਾ ਹੋਣੇ ਬਿਲਕੁਲ ਸੰਜੀਪ ਅੱਛਾ ਮੂਡ ਹਾਂਜੀ ਬਿਲਕੁਲ ਕਈ ਵਾਰੀ ਸਾਰਾ ਦਿਨ ਕੰਮ ਕਰਕੇ ਇੰਨਾ ਨਹੀਂ ਅਸੀਂ ਥੱਕਦੇ ਜਿੰਨਾ ਅਸੀਂ ਸਟ्रेस ਲੈ ਕੇ ਬਿਲਕੁਲ ਥੱਕ ਜਾਂਦੇ ਤੇ ਆਕੜੇ ਸਾਨੂੰ ਕੀ ਕਹਿੰਦੇ ਨੇ ਆਕੜੇ ਸਾਨੂੰ ਦੱਸਦੇ ਨੇ ਕਿ 33% ਜਿਹੜੇ ਲੋਕ ਨੇ ਇਸ ਵੇਲੇ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਨੇ 77% ਲੋਕ ਨੇ ਉਹਨਾਂ ਨੇ ਇੰਨਾ ਜ਼ਿਆਦਾ ਤਣਾਅ ਲਿੱਤਾ ਹੈ ਕਿ ਉਹਦੇ ਨਾਲ ਸੇਤ ਜਿਹੜੀ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਤੇ 73% ਲੋਕ ਦੀ ਮਾਨਸਿਕ ਹਾਲਤ ਇਸ ਲਈ ਖਰਾਬ ਹੋ ਗਈ ਕਿਉਂਕਿ ਉਹ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਨੇ ਤੇ 48% ਲੋਕ ਇਸ ਵੇਲੇ ਨੀਂਦ ਨਾ ਆਨ ਦੀ ਬਿਮਾਰੀ ਦੇ ਨਾਲ ਸ਼ਿਕਾਰ ਨੇ ਸਿਰਫ ਤਣਾਅ ਦੇ ਕਾਰਨ। ਔਰ ਇੰਨਾ ਸਾਰੇ ਆંકੜੇ ਚ ਆਪਾਂ ਦੋਵੇਂ ਨਹੀਂ ਆਉਂਦੇ ਹੈਗੇ। ਬਿਲਕੁਲ ਪਰ ਔਰ ਡੀਡੀ ਪੰਜਾਬੀ ਦੇ ਦਰਸ਼ਕ ਜਦੋਂ ਡੀਡੀ ਪੰਜਾਬੀ ਨਾਲ ਜੁੜਦੇ ਨੇ ਉਹਨਾਂ ਦਾ ਸਾਰਾ ਤਣਾਅ ਦੂਰ ਹੋ ਜਾਂਦਾ। ਬਿਲਕੁਲ ਠੀਕ ਗੱਲ ਹੈ ਤੇ ਅੱਜ ਇਸ ਖਾਸ ਵਿਸ਼ੇ ਤੇ ਗੱਲਬਾਤ ਕਰਨ ਲਈ ਤਣਾਅ ਨੂੰ ਆਪਣੀ ਜ਼ਿੰਦਗੀ ਤੋਂ ਕਿਵੇਂ ਦੂਰ ਕਰਨਾ ਕਿਵੇਂ ਪਛਾਨਣਾ ਹੈ ਤਣਾ ਨੂੰ ਇਸ ਬਾਰੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਡਾਕਟਰ ਨਿਧੀ ਅਗਰਵਾਲ ਡਾਕਟਰ ਨਿਧੀ ਅਗਰਵਾਲ ਮਨੋਵਿਗਿਆਨੀ ਕਲੀਨिकल ਸਾਈਕੋਲੋਜਿਸਟ ਬਹੁਤ-ਬਹੁਤ ਇਨਾਂ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਡਾਕਟਰ ਸਾਹਿਬਾ ਕਈ ਵਾਰ ਕਿਹਾ ਜਾਂਦਾ ਹੈ ਨਾ ਨਹੀਂ ਸ਼ੁਕਰੀਆ ਜੀ ਕੁਝ ਫਰੈਂਡਸ ਹੁੰਦੇ ਨੇ ਜਦੋਂ ਕੋਈ ਟੈਨਸ਼ਨ ਚਾਹੁੰਦੇ ਨੇ ਤਾਂ ਫਰੈਂਡ ਆਪਸ ਵਿੱਚ ਗੱਲ ਕਰਦੇ ਨੇ ਅਸੀਂ ਹਾਂ ਤਾਂ ਕਾਦਾ ਗਮ ਹੈ ਕੋਈ ਦੁੱਖ ਨਹੀਂ ਤੂੰ ਦੱਸ ਆਪਣੀ ਕੀ ਹੈ ਟੈਨਸ਼ਨ ਕੀ ਹੈ ਤੈਨੂੰ ਅਸੀਂ ਅਕਸਰ ਇਦਾਂ ਗੱਲ ਕਰਦੇ ਆਪਸ ਦੇ ਵਿੱਚ ਦੋਸਤ ਤੇ ਤੁਸੀਂ ਵੀ ਦੱਸੋ ਟੈਨਸ਼ਨ ਹੁੰਦੀ ਕੀ ਹੈ ਟੈਨਸ਼ਨ ਕਿਸੇ ਵੀ ਪਰਿਸਥਿਤੀ ਵਿੱਚ ਜਦੋਂ ਸਾਨੂੰ ਉਹਦਾ ਸੋਲੂਸ਼ਨ ਨਹੀਂ ਪਤਾ ਤੇ ਸਾਨੂੰ ਨਹੀਂ ਪਤਾ ਕਿ ਉਹਨੂੰ ਕਿਵੇਂ ਹੈਂਡਲ ਕਰੀਏ ਸਾਨੂੰ ਉਹਦੋਂ ਟੈਨਸ਼ਨ ਹੋ ਜਾਂਦੀ ਹੈ ਕਿਸੇ ਵੀ ਕਨਫਲਿਕਟ ਦਾ ਸੋਲੂਸ਼ਨ ਜਦੋਂ ਸਾਨੂੰ ਨਹੀਂ ਪਤਾ ਉਹਨੂੰ ਟੈਨਸ਼ਨ ਕਹਿੰਦੇ ਆਪਾਂ ਜੀ ਆਮ ਸ਼ਬਦਾਂ ਵਿੱਚ ਆਮ ਸ਼ਬਦ ਜੀ ਤੇ ਬੇਸਿਕ ਪੈਰਾਮੀਟਰ ਜੇ ਦੇਖਣੇ ਹੋਣ ਹੈ ਨਾ ਅਸੀਂ ਤਣਾਅ ਦੇ ਵਿੱਚ ਹਾਂ ਤੇ ਕੀ ਸਿੰਪਟਮ ਹੈ ਕਿ ਤਨਾਅ ਥੋੜੇ ਛੋਟੇ ਛੋਟੇ ਗਲਤ ਆ ਥੋੜਾ ਜਿਹਾ ਤਨਾਅ ਹੋ ਗਿਆ ਤੇ ਅਸੀਂ ਉਹਨੂੰ ਕਹਿੰਨੇ ਚਲੋ ਕੋਈ ਗੱਲ ਨਹੀਂ ਪਰ ਕਿੱਦਾਂ ਪਹਿਚਾਨੀਏ ਕਿ ਤਨਾਅ ਹੁਣ ਵੱਧ ਗਿਆ ਹੈ ਜਦੋਂ ਟੈਨਸ਼ਨ ਹਰ ਛੋਟੀ ਛੋਟੀ ਚੀਜ਼ ਤੇ ਹੋਣ ਲੱਗੇ ਜਦੋਂ ਸਾਨੂੰ ਲੱਗਦਾ ਹੈ ਕਿ ਆਪਾਂ ਕਿਸੇ ਵੀ ਸਮੱਸਿਆ ਦਾ ਸੋਲੂਸ਼ਨ ਨਹੀਂ ਕਰ ਸਕਦੇ ਤੇ ਜਿਹੜਾ ਸੋਲੂਸ਼ਨ ਆਪਾਂ ਕਰ ਰਹੇ ਆ ਆਪਾਂ ਖੁਦ ਉਹਦੇ ਨਾਲ ਹੀ ਸੈਟੀਸਫਾਈਡ ਨਹੀਂ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਸਾਨੂੰ ਟੈਨਸ਼ਨ ਦੀ ਆਦਤ ਪੈ ਗਈ ਹੈ ਜਦੋਂ ਸਾਡੂੰ ਟੈਨਸ਼ਨ ਦੀ ਆਦਤ ਪੈ ਜਾਂਦੀ ਹੈ ਸਾਡੀ ਕੋਪਿੰਗ ਸਕਿਲਸ ਹੋਰ ਡੈਫੀਸ਼ੀਐਂਟ ਹੋ ਜਾਂਦੇ ਨੇ ਜਦੋਂ ਹੋਰ ਕੋਪਿੰਗ ਸਕਿਲਸ ਡੈਫੀਸ਼ੀਐਟ ਹੋ ਜਾਂਦੇ ਨੇ ਫਿਰ ਹੌਲੀ ਹੌਲੀ ਸਾਨੂੰ ਇੱਕ ਪੈਟਰਨ ਬਣ ਜਾਂਦਾ ਜਿਹਦੇ ਵਿੱਚ ਆਪਾਂ ਡਿਪਰੈਸਡ ਰਹਿਣ ਲੱਗਦੇ ਤਾਂ ਉਹ ਇੱਕ ਸਿਗਨੀਫੀਕੈਂਟ ਲੈਵਲ ਪਹੁੰਚ ਜਾਂਦਾ ਤਾਂ ਸਾਨੂੰ ਲੱਗਦਾ ਕਿ ਹੁਣ ਆਪਾਂ ਇਹ ਕੰਟਰੋਲ ਨਹੀਂ ਕਰ ਸਕਦੇ ਓਕੇ ਮਤਲਬ ਇਹ ਹੈ ਕਿ ਸਾਡਾ ਸਾਰਾ ਦਿਮਾਗ ਦੇ ਨਾਲ ਹੀ ਹੈ ਕਿ ਬਿਹੇਵੀਅਰ ਬਣ ਜਾਂਦਾ ਹੈ ਪੈਟਰਨ ਜਦੋਂ ਇੱਕ ਥਾਂ ਤੋਂ ਦੂਜੀ ਥਾਂ ਤੀਜੀ ਥਾਂ ਤੇ ਉਹ ਰਿਪੀਟ ਹੋਣ ਲੱਗਦਾ ਫਿਰ ਉਹ ਪੈਟਰਨ ਬਣ ਜਾਂਦਾ ਫਿਰ ਉਹ ਪੈਟਰਨ ਸਾਡਾ

ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਬੱਚੇ ਬੋਰ ਹੋ ਜਾਂਦੇ ਨੇ ਇਹਦੇ ਵਿੱਚ ਮਾਪਿਆਂ ਦਾ ਬਹੁਤ ਰੋਲ ਹੈ ਪੇਰੈਂਟਸ ਦਾ ਜਿਹੜੇ ਵੀ ਐਲਡਰਲੀ ਘਰੇ ਹੈ ਤੇ ਆਸ-ਪਾਸ ਜਿਹੜਾ ਮਾਹੌਲ ਹੈ ਉਹਦਾ ਬਹੁਤ ਵੱਡਾ ਰੋਲ ਹੈ ਹੁਣ ਜਦੋਂ ਆਪਾਂ ਬਚਪਨ ਦੀ ਗੱਲ ਕਰੀਏ ਮਾਪਿਓ ਜਿਵੇਂ ਉਹਨਾਂ ਨੂੰ ਖੁਸ਼ ਰਹਿਣਾ ਸਿਖਾਉਂਦੇ ਨੇ ਬੱਚੇ ਦਾ ਉਹੀ ਸੈਲਫ ਇਮੇਜ ਬਣ ਜਾਂਦਾ ਹੈ ਜਦੋਂ ਬੱਚਾ ਕੋਈ ਗਲਤੀ ਕਰਦਾ ਜੇ ਆਪਾਂ ਕਹੀਏ ਤੂੰ ਇਹ ਗਲਤ ਕੀਤਾ ਹੈ ਬੱਚਾ ਹੋਰ ਤਰ੍ਹਾਂ ਇਹ ਸਮਝਦਾ ਹੈ ਜੇ ਆਪਾਂ ਕਹੀਏ ਤੂੰ ਗਲਤ ਬੱਚਾ ਹੈ ਤੂੰ ਗੰਦਾ ਬੱਚਾ ਹੈ ਬੱਚਾ ਉਸਦੇ ਬਾਰੇ ਹੋਰ ਸੋਚਦਾ ਹੈ ਉਹਦਾ ਸੈਲਫ ਇਮੇਜ ਤੇ ਫਰਕ ਪੈਂਦਾ ਹੈ ਜੇ ਆਪਾਂ ਕਿਸੇ ਨੂੰ ਕਰੈਕਟ ਕਰਨਾ ਹੈ ਆਪਾਂ ਉਹਨੂੰ ਉਹਦੀ ਗਲਤੀ ਦੱਸ ਸਕਦੇ ਹਾਂ ਉਹਨੂੰ ਗਲਤ ਦੱਸਣਾ ਜ਼ਰੂਰੀ ਨਹੀਂ ਹੈ ਜੇ ਆਪਾਂ ਉਹਦੀ ਨਿੰਦਾ ਕਰੀਏ ਫਿਰ ਉਹਦਾ ਸੈਲਫ ਇਮੇਜ ਡੀਮੋਰਾਲਾਈਜ਼ ਹੁੰਦਾ ਹੈ ਸੈਲਫ ਇਮੇਜ 네ਗੇਟਿਵ ਬਣਦਾ ਹੈ ਜਦੋਂ ਉਹਦਾ ਆਪ ਦਾ ਸੈਲਫ ਇਮੇਜ 네ਗੇਟਿਵ ਬਣ ਜਾਂਦਾ ਹੈ ਉਹ ਆਪਣ ਨੂੰ ਆਪ ਨੂੰ ਰਿਸਪੈਕਟ ਨਹੀਂ ਕਰਦਾ ਆਪਣੇ ਆਪ ਨੂੰ ਲਵ ਨਹੀਂ ਕਰਦਾ ਜੇ ਉਹ ਆਪਣੇ ਆਪ ਨੂੰ ਹੀ ਨਹੀਂ ਪਸੰਦ ਕਰਦਾ ਤੇ ਉਹ ਆਪਣੇ ਆਪ ਨੂੰ ਕਿਵੇਂ ਸਹਾਰੇਗਾ ਤੇ ਕਿਵੇਂ ਆਪਣੇ ਆਪ ਕਿਸੇ ਪ੍ਰੋਬਲਮ ਦੀ ਸੋਲੂਸ਼ਨ ਨੂੰ ਢੂੰਡਣ ਲਈ ਕੋਸ਼ਿਸ਼ ਕਰੇਗਾ ਉਹ ਛੱਡ ਦਿੰਦਾ ਹੌਸਲਾ ਜਦੋਂ ਆਪਣੇ ਵੱਲ ਹੌਸਲਾ ਛੱਡ ਦਿੰਦਾ ਹੈ ਉਹ ਮਾਪਿਓਂ ਵੱਲ ਵੀ ਇਦਾਂ ਦੇਖਦਾ ਕਿ ਇਹਨਾਂ ਨੂੰ ਮੇਰੇ ਵਿੱਚ ਗਲਤੀ ਦਿਖਦੀ ਹੈ ਫਿਰ ਉਹ ਉਹਨਾਂ ਦੇ ਵੱਲ ਜਾਂਦਾ ਹੈ ਪਿਆਰ ਕਰਦਾ ਹੈ ਉਹਨਾਂ ਨਾਲ ਕੜਲ ਵੀ ਕਰਦਾ ਹੈ ਪਰ ਪੂਰਾ ਨਹੀਂ ਪੈਂਦਾ ਕਿਉਂਕਿ ਉਹਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਸਹਿਮਿਆ ਰਹਿੰਦਾ ਸਹਿਮਿਆ ਰਹਿੰਦਾ ਕਿਉਂਕਿ ਉਹਨੂੰ ਡਰ ਹੁੰਦਾ ਹੈ ਕਿ ਉਹ ਜੱਜ ਹੋਏਗਾ ਜੀ ਤੇ ਬਚਪਨ ਤੋਂ ਹੀ ਉਹਨੂੰ ਜੱਜਮੈਂਟ ਦਾ ਖੌਫ ਹੋ ਜਾਂਦਾ ਹੈ ਤੇ ਫਿਰ ਉਹ ਕਿਸੇ ਤੇ ਵੀ ਯਕੀਨ ਨਹੀਂ ਕਰਦਾ ਆਪਣੇ ਤੇ ਵੀ ਯਕੀਨ ਨਹੀਂ ਕਰਦਾ ਮਾਪਿਆਂ ਤੇ ਵੀ ਯਕੀਨ ਨਹੀਂ ਕਰਦਾ ਕਿਸੇ ਚੀਜ਼ ਤੇ ਯਕੀਨ ਨਹੀਂ ਕਰਦਾ ਜੇ ਬੰਦਾ ਯਕੀਨ ਹੀ ਨਹੀਂ ਕਰੇਗਾ ਤੇ ਫਿਰ ਉਹਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਉਹ ਸੈਟੀਸਫਾਈਡ ਹੋਏਗਾ ਜੇ ਉਹ ਸੈਟੀਸਫਾਈਡ ਹੀ ਨਹੀਂ ਹੋਏਗਾ ਉਹਨੂੰ ਹਰ ਚੀਜ਼ ਵਿੱਚ ਨੁਕਸ ਲੱਗੇਗੀ ਕਮੀ ਲੱਗੇਗੀ ਤੇ ਫਿਰ ਉਹ ਟੈਂਸਟੀ ਰਹੇਗਾ ਫਿਰ ਬਿਲਕੁਲ ਠੀਕ ਗੱਲ ਹੈ ਤੇ ਡਾਕਟਰ ਨੇ ਦੀ ਬਹੁਤ ਸਾਰੇ ਪੇਸ਼IENTS ਇੱਧਰ ਦੇ ਵੀ ਤੁਸੀਂ ਦੇਖੇ ਹੋਣਗੇ ਬੱਚਿਆਂ ਦੀ ਹੀ ਮੈਂ ਗੱਲ ਕਰ ਰਹੀਆਂ ਕਿ ਜਾਣੇ ਅਣਜਾਣੇ ਦੇ ਵਿੱਚ ਕਈ ਵਾਰੀ ਵੱਡੇ ਪੇਰੈਂਟਸ ਹੀ ਉਹਨਾਂ ਨੂੰ ਤਣਾਅ ਦੇ ਦਿੰਦੇ ਨੇ ਮਾਰਕਸ ਨੂੰ ਲੈ ਕੇ ਬੜਾ ਜ਼ਿਆਦਾ ਮੁਕਾਬਲੇਬਾਜ਼ੀ ਹੈ ਨਾ ਕਿ ਪਹਿਲਾ ਸਮਾਂ ਹੁੰਦਾ ਸੀ ਕਿ 85 ਤੋਂ 90% ਦੇ ਮਾਰਕਸ ਆਉਂਦੇ ਸੀ ਤਾਂ ਵੀ ਪੇਰੈਂਟਸ ਖੁਸ਼ ਹੁੰਦੇ ਸੀ ਉਸ ਤੋਂ ਘੱਟ ਦੇ ਵਿੱਚ ਵੀ ਖੁਸ਼ ਸੀ ਪਰ ਹੁਣ 95 ਅਬੋਵ ਚਾਹੀਦੇ ਨੇ ਤੇ ਇਹ ਜਿਹੜਾ ਪ੍ਰੈਸ਼ਰ ਹੈ ਬੱਚਿਆਂ ਨੂੰ ਤਣਾਅ ਦੇ ਵਿੱਚ ਲੈ ਆਂਦਾ ਹੈ ਬਿਲਕੁਲ ਸਹੀ ਗੱਲ ਹੈ ਜਿਵੇਂ ਹੁਣ ਮੈਂ ਕਿਹਾ ਕਿ ਸੈਲਫ ਇਮੇਜ 네ਗੇਟਿਵ ਹੋ ਜਾਂਦੀ ਹੈ ਸੈਲਫ ਇਮੇਜ 네ਗੇਟਿਵ ਹੋਣ ਦੇ ਕਾਰਨ ਪਰਫਾਰਮੈਂਸ ਤੇ ਅਸਰ ਪੈਂਦਾ ਹੈ ਦੂਸਰੀ ਗੱਲ ਹੈ ਕੰਪੈਰੀਜ਼ਨ ਜੇ ਆਪਾਂ ਕੰਪੈਰੀਜ਼ਨ ਕਰਦੇ ਆਪਾਂ ਕਹਿੰਦੇ ਦੇਖ ਫਲਾਣਾ ਦਾ ਬੱਚਾ ਇਦਾਂ ਦੇਖ ਫਲਾਣਾ ਦਾ ਬੱਚਾ ਉਦਾਂ ਤੇ ਆਪਾਂ ਨਿੰਦਾ ਕਰਦੇ ਆ ਜੀ ਉਹ ਦੇਖ ਨਲਾਇਕ ਨਾ ਸਾਨੂੰ ਨਿੰਦਾ ਕਰਨੀ ਚਾਹੀਦੀ ਹੈ ਨਾ ਸਾਨੂੰ ਕੰਪੈਰੀਸਨ ਕਰਨਾ ਚਾਹੀਦਾ ਕਿਉਂਕਿ ਬੱਚੇ ਨੂੰ ਫਿਰ ਡਰ ਹੋ ਜਾਂਦਾ ਜਜਮੈਂਟ ਦਾ ਉਹ ਬਾਰਡਰ ਤੇ ਖੜਾ ਹੈ ਜਾਂ ਇਸ ਪਾਸੇ ਜਾਂ ਉਸ ਪਾਸੇ ਫਿਰ ਉਹਨੂੰ ਹਮੇਸ਼ਾ ਡਰੀ ਲੱਗੇਗਾ ਉਹਨੂੰ ਕੋਈ ਸਿਕਿਉਰ ਥਾਂ ਹੀ ਨਹੀਂ ਮਿਲਦੀ ਉਹਨੂੰ ਲੱਗਦਾ ਜੇ ਰਾਈਟ ਹੋ ਗਿਆ ਤਾਂ ਵੀ ਪ੍ਰੋਬਲਮ ਹੈ ਜੇ ਲੈਫਟ ਹੋ ਗਿਆ ਤਾਂ ਵੀ ਪ੍ਰੋਬਲਮ ਹੈ ਸਿੱਧਾ ਉਹ ساری ਜ਼ਿੰਦਗੀ ਤਾਂ ਨਹੀਂ ਚੱਲ ਸਕਦਾ ਕੋਈ ਵੀ ਹਮੇਸ਼ਾ ਪ੍ਰੋਗਰੈਸ ਨਹੀਂ ਕਰ ਸਕਦਾ ਕਦੇ-ਕਦੇ ਸਟੈਟਿਕ ਮੂਵਮੈਂਟਸ ਵੀ ਆਉਂਦੇ ਨੇ ਕਦੇ-ਕਦੇ ਬੰਦਾ ਰੁਕ ਵੀ ਜਾਂਦਾ ਹੈ ਕਦੇ ਸਪੀਡ ਵੀ ਸਲੋ ਹੁੰਦੀ ਹੈ ਪਰ ਉਹਨੂੰ ਜਜਮੈਂਟ ਇੰਨਾ ਪਰੇਸ਼ਾਨ ਕਰਦੀ ਹੈ ਕਿ ਫਿਰ ਉਹਨੂੰ ਹੌਲ ਪੈਂਦੇ ਨੇ ਫਿਰ ਜਦੋਂ ਉਹਨੂੰ ਹੌਲ ਪੈਂਦੇ ਨੇ ਫਿਰ ਆਪਾਂ ਕਹਿੰਦੇ ਨੇ ਕਿ ਬੱਚਾ ਪਰਫਾਰਮ ਨਹੀਂ ਕਰ ਰਿਹਾ ਪਰਫਾਰਮ ਨਹੀਂ ਕਰ ਰਿਹਾ ਪਰ ਉਹਦਾ ਕਹੀਂ ਨਾ ਕਿੱਥੇ ਨਾ ਕਿੱਥੇ ਉਹਦਾ ਕਾਰਨ ਆਪਾਂ ਹੀ ਔਰ ਬਿਲਕੁਲ ਕਈ ਵਾਰ ਬੱਚਿਆਂ ਨੂੰ ਝਟਕ ਦੇਣਾ ਔਰ ਕਈ ਵਾਰ ਨੇਰੇ ਚ ਉਹਦੇ ਨਾ ਜਾਏ ਉੱਥੇ ਮਾਉਂ ਬੈਠਾ ਉਹ ਜ ਕਮਜ਼ੋਰ ਹੋ ਜਾਂਦਾ ਉਹਨੂੰ ਰਿਐਲਿਟੀ ਚੈੱਕ ਨਹੀਂ ਦਿੰਦੇ ਆਪਾਂ ਦੋ ਐਕਸਟ੍ਰੀਮ ਚੀਜ਼ਾਂ ਦਿਖਾਉਂਦੇ ਨੇ ਜਾਂ ਕੰਪੈਰੀਜ਼ਨ ਕਰਕੇ ਉਹਨੂੰ ਡਰਾਈਏ ਜਾਂ ਉਹਨੂੰ ਕਿਸੇ ਦੀ ਹੋਰ ਦੀ ਨਿੰਦਾ ਕਰਕੇ ਉਹਨੂੰ ਡਰਾਈਏ ਕਿ ਤੂੰ ਇੱਥੇ ਵੀ ਨਹੀਂ ਹੋਣਾ ਤੂੰ ਇੱਥੇ ਵੀ ਨਹੀਂ ਨਾ ਤੂੰ ਦੇਖ ਕਿ ਤੂੰ ਕਿੱਥੇ ਕਿੱਜਣਾ ਸਪੋਰਟ ਸਿਸਟਮ ਨਹੀਂ ਬਣਤੇ ਹਮ ਉਸਕੇ ਜੇ ਆਪਾਂ ਉਹਦੇ ਸਪੋਰਟ ਸਿਸਟਮ ਨਹੀਂ ਬਣਾਗੇ ਤੇ ਫਿਰ ਉਹ ਟਰਸਟ ਕਰੇਗਾ ਹੀ ਨਹੀਂ ਫਿਰ ਜੇ ਟਰਸਟ ਨਹੀਂ ਕਰੇਗਾ ਕਿਤੇ ਹੋਰ ਭਾਗੇਗਾ ਸੇ ਤਾਂ ਨਸ਼ੇ ਤੇ ਹੋਰ ਬਹੁਤ ساری ਚੀਜ਼ਾਂ ਆ ਜਾਂਦੀਆਂ ਨੇ ਸੋ ਇਹਦੇ ਚ ਕੀ ਹੈ ਕਿ ਇੱਕ ਨਾ ਜੰਗਲ ਜਾਤੀ ਹੈ ਉਹ ਲੋਕ ਕਿਸੇ ਨੂੰ ਦਰਖਤ ਨੂੰ ਕੱਟਦਾ ਹੋਣ ਤੇ ਦਰਖਤ ਨੂੰ ਕੱਟਣ ਵਾਸਤੇ ਉਹਨੂੰ ਕੁल्हाੜੀ ਇਸਤੇਮਾਲ ਨਹੀਂ ਕਰਦੇ ਉਹਦੀ ਭਰਪੂਰ ਨਿੰਦਾ ਕਰਦੇ ਨੇ ਉਹ ਕੁਝ ਦਿਨਾਂ ਬਾਅਦ ਉਹ ਦਰਖਤ ਆਪੇ ਹੀ ਸੁੱਕ ਕੇ गिर ਜਾਂਦਾ ਔਰ ਬੱਚਿਆਂ ਨਾਲ ਵੀ ਇਦਾਂ ਹੀ ਹੈ ਔਰ ਇਨਸਾਨ ਨਾਲ ਵੀ ਇਦਾਂ ਹੀ ਹੈ ਕਿ ਕੋਈ ਬਾਰ ਬਾਰ ਕਹੀ ਜਾਵੇ ਉਹ ਬੰਦਾ ਮਰ ਜੂਗਾ ਅੰਦਰੋਂ ਸੋ ਜਦੋਂ ਬੱਚਾ ਹੁਣ ਕਦਮ ਰੱਖਦਾ ਹੈ ਜਵਾਨੀ ਵੱਲ ਜੀ ਠੀਕ ਹੈ ਨਾ ਹੁਣ ਜਵਾਨੀ ਆਣੀ ਸ਼ੁਰੂ ਹੋਈ ਹੈ ਉਹ ਬੜੀ ਖਤਰਨਾਕ ਏਜ ਹੈ ਉਥੇ ਜੇ ਨਾ ਸੰਭਲਿਆ ਤਾਂ ساری ਉਮਰ ਵਾਸਤੇ ਉਹ بگੜ ਵੀ ਸਕਦਾ ਹੈ ਜੇ ਉੱਥੇ ਸੰਭਲ ਗਿਆ ਤਾਂ ساری ਉਮਰ ਨਿਖਰ ਵੀ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਉਹਦੇ ਵਾਸਤੇ ਕੀ رائے ਹੈ ਤੁਹਾਡੀ ਦੇਖੋ ਜਿਹੜੀ ਆਪਾਂ ਹੁਣ ਗੱਲ ਕੀਤੀ ਹੈ ਜੇ ਜਿਹੜਾ ਬੱਚਾ ਹੈ ਜਿਸ ਦੀ ਸੈਲਫ ਇਮੇਜ ਬਹੁਤ ਨੈਗੇਟਿਵ ਹੈ ਜੇ ਉਹਨੂੰ ਬਹੁਤ ਅੱਛਾ এনवायरमेंट ਮਿਲਦਾ ਹੈ ਫਰੈਂਡਸ ਬਹੁਤ ਅੱਛੇ ਮਿਲਦੇ ਨੇ ਜਾਂ ਟੀਚਰਸ ਬਹੁਤ ਅੱਛੇ ਮਿਲ ਜਾਂਦੇ ਨੇ ਜਿਹੜਾ ਉਹਦਾ ਹੌਸਲਾ ਵਧਾਉਂਦੇ ਨੇ ਤੇ ਉਹਦਾ ਸੈਲਫ ਰਿਸਪੈਕਟ ਵਧਦਾ ਹੈ ਕਿਸੇ ਕਾਰਨ ਉਹਦਾ ਸੈਲਫ ਇਮੇਜ ਵਧਣ ਲੱਗਦਾ ਹੈ ਤੇ ਫਿਰ ਉਹ ਸਾਰੀ ਪ੍ਰੋਬਲਮਸ ਨੂੰ ਹੈਂਡਲ ਕਰਨ ਲਈ ਤਿਆਰ ਹੋ ਜਾਂਦਾ ਉਹਦਾ ਸੈਲਫ ਇਮੇਜ ਜਦੋਂ ਸਟਰੋਂ ਆਇਡੈਂਟੀਟੀ ਕ੍ਰਾਈਸਿਸ ਸੋਲਵ ਹੋ ਜਾਂਦੀ ਹੈ ਹੁਣ ਆਪਾਂ ਗੱਲ ਕੀਤੀ ਹੈ ਕਿ ਸੈਲਫ ਇਮੇਜ 네ਗੇਟਿਵ ਹੈ ਜੇ ਸੈਲਫ ਇਮੇਜ 네ਗੇਟਿਵ ਹੈ ਤੇ ਆਇਡੈਂਟੀਟੀ ਕ੍ਰਾਈਸਿਸ ਹੋਣੀ ਹੋਣੀ ਹੈ ਤੇ ਜੇ ਪੀਅਰ ਸਪੋਰਟ ਅੱਛਾ ਹੈ ਤੇ ਫਰੈਂਡ ਸਪੋਰਟ ਫੈਮਿਲੀ ਸਪੋਰਟ ਦਾਦਕੇ ਨਾਨਕੇ ਵਿੱਚ ਕੋਈ ਵੀ ਸਪੋਰਟ ਅੱਛਾ ਹੈ ਤੇ ਉਹਦੀ ਸੈਲਫ ਇਮੇਜ ਕ੍ਰੀਏਟ ਹੋ ਜਾਂਦੀ ਹੈ ਫਿਰ ਤਾਂ ਬੰਦਾ ਕੌਨਫਲਿਕਟ ਰੈਜ਼ੋਲੂਸ਼ਨ ਸਿੱਖ ਜਾਂਦਾ ਹੈ ਜੇ ਉਹ ਨਹੀਂ ਸਿੱਖਦਾ ਫਿਰ ਉਹਨੂੰ ਇਹ ਪ੍ਰੋਬਲਮ ਅਡੋਲੈਸੈਂਸ ਵਿੱਚ ਵੀ ਹੋਏਗੀ ਤੇ ਲੇਟਰ ਏਜ ਵਿੱਚ ਵੀ ਹੋਏਗੀ ਜੇ ਉਹ ਲੇਗੇਸੀ ਛੱਡ ਦਿੰਦਾ ਹੈ ਕੌਨਫਲਿਕਟ ਦੀ ਤਾਂ ਤਾਂ ਉਹ ਸਹੀ ਹੋ ਜਾਂਦੇ ਜੇ ਉਹ ਨਹੀਂ ਛੱਡ ਪੰਦਾ ਫਿਰ ਉਹਨੂੰ ਪ੍ਰੋਬਲਮ ਹੁੰਦੀ ਹੈ ਪ੍ਰੋਬਲਮਸ ਹੁੰਦੀ ਹੈ ਫਿਰ ਹੁੰਦੀ ਪ੍ਰੋਬਲਮ ਜੀ ਨੌਜਵਾਨਾਂ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਤੇ ਇੱਥੇ ਇੱਕ ਸਵਾਲ ਬੰਦਾ ਹੈ ਕਿ ਜਿੱਦਾਂ ਹੀ ਮਤਲਬ ਨੌਜਵਾਨੀ ਦੀ ਉਮਰ ਦੇ ਵਿੱਚ ਪਹੁੰਚਦੇ ਨੇ ਬੱਚੇ ਉਸ ਵੇਲੇ ਇੱਕ ਸੁਪਨਿਆਂ ਦੀ ਦੁਨੀਆ ਹੋ ਜਾਂਦੀ ਹੈ ਨਾ ਮੈਂ ਇਹ ਕਰਨਾ ਹੈ ਮੈਂ ਉਹ ਕਰਨਾ ਹੈ ਮੈਂ ਮੈਂ ਕੁਝ ਵੀ ਕਰ ਸਕਦਾ ਤੇ ਜਦੋਂ ਕੋਈ ਸੁਪਨਾ ਪੂਰਾ ਨਹੀਂ ਹੁੰਦਾ ਤੇ ਉਸ ਵੇਲੇ ਦੁੱਖ ਲੱਗਦਾ ਹੈ ਬੱਚੇ ਹਤਾਸ਼ ਹੋ ਜਾਂਦੇ ਨੇ ਟੈਨਸ਼ਨ ਤਣਾ ਡਿਪਰੈਸ਼ਨ ਇੱਥੋਂ ਹੀ ਹੋ ਜਾਂਦਾ ਬਿਲਕੁਲ ਹੋ ਜਾਂਦਾ ਹੈ ਜਿਹੜੇ ਸੁਪਨੇ ਨੇ ਉਹ ਰੀਅਲਿਸਟਿਕ ਬੋਂਡ ਹੁੰਦੇ ਨੇ ਛੋਟੇ ਹੋਣ ਦੇ ਫੇਰੀ ਟੇਲਸ ਹੁੰਦੇ ਨੇ ਕਹਾਣੀਆਂ ਸੁਣਦੇ ਨੇ ਤੇ ਸਾਨੂੰ ਫੈਂਟਸੀ ਤੇ ਰੀਅਲਿਟੀ ਵਿੱਚ ਫਰਕ ਬਤਾਨਾ ਚਾਹੀਦਾ ਹੈ ਬੱਚਿਆਂ ਨੂੰ ਕਿ ਇਹ ਜਿਹੜੀ ਕਹਾਣੀ ਆਪਾਂ ਤੁਹਾਨੂੰ ਸੁਣਾ ਰਹੇ ਨੇ ਇਹ ਕਹਾਣੀ ਹੈ ਇਹ ਰੀਅਲ ਹੋ ਆਖਿਆ ਨਹੀਂ ਹੈ ਤੇ ਜਿਹੜੀ ਕਹਾਣੀ ਆਪਾਂ ਸੁਣਾਉਂਦੇ ਆ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਰੀਅਲਿਸਟਿਕ ਕਹਾਣੀ ਸੁਣਾਏ ਜੋ ਮਹਾਭਾਰਤ ਹੈ ਰਾਮਾਇਣ ਹੈ ਇਸ ਤਰ੍ਹਾਂ ਦੀ ਜੁ ਕਹਾਣੀ ਹੈ ਉਹ ਸੁਣਾਏ ਇਨਸਟੈਡ ਕਿ ਫੇਰੀ ਟੇਲਸ ਐਲਿਸ ਇਨ ਵਾਟਰਲਾਈਨ ਔਰ ਇਸ ਤਰ੍ਹਾਂ ਦੀ ਕਹਾਣੀਆਂ ਸੁਣਾਏ ਜੋ ਮੋਰਲ ਵੈਲਿਊਜ਼ ਹੈ ਉਹਨਾਂ ਨੂੰ ਸਾਨੂੰ ਐਕਸਪਲੇਨ ਕਰਨਾ ਚਾਹੀਦਾ ਸਟੋਰੀਜ਼ ਦੇ ਨਾਲ ਤਾਂ ਕਿ ਜਿਹੜੀ ਰਿਐਲਿਟੀ ਚੈਕਿੰਗ ਵਾਲੀ ਚੀਜ਼ ਹੈ ਉਹਨਾਂ ਨੂੰ ਬਚਪਨ ਤੋਂ ਹੀ ਆ ਜਾਏ ਤੇ ਜਦੋਂ ਉਹਨਾਂ ਦੇ ਐਸਪੀਰੇਸ਼ਨਸ ਨਾ ਪੂਰੇ ਹੋਣ ਉਹਨਾਂ ਨੂੰ ਇਹ ਪਤਾ ਹੋਏ ਕਿ ਉਹਨਾਂ ਨੂੰ ਹੋਰ ਮਿਹਨਤ ਕਰਨੀ ਹੈ ਤੇ ਸੈਲਫ ਇਮੇਜ ਤੇ ਕੰਮ ਕਰਨਾ ਹੈ ਜੇ ਉਹ ਸੈਲਫ ਇਮੇਜ ਤੇ ਕੰਮ ਕਰਨਗੇ ਤੇ ਉਹ ਐਸਪੀਰੇਸ਼ਨ ਨੂੰ ਰਿਐਲਿਟੀ ਚੈਕ ਨਾਲ ਬਹੁਤ ਜ਼ਿਆਦਾ ਡਿਸਪਾਇੰਟ ਨਹੀਂ ਹੋਣਗੇ ਬਿਲਕੁਲ ਸਹੀ ਗੱਲ ਹੈ ਤੇ ਸੰਜੀਪ ਇੱਕ ਗੱਲ ਇੱਥੇ ਵੀ ਕਰਨੀ ਬੰਦੀ ਹੈ ਨਾ ਕਿ ਨੌਜਵਾਨ ਪੀੜੀ ਦੇ ਵਿੱਚ ਕਈ ਵਾਰੀ ਡਰ ਕਿਸੇ ਚੀਜ਼ ਨੂੰ ਲੈ ਕੇ ਜਾਂ ਕੋਈ ਫੋਬੀਆ ਐਨਾ ਵੱਧ ਜਾਂਦਾ ਹੈ ਕਿ ਉਹਦਾ ਜਿਹੜਾ ਨਤੀਜਾ ਅਸੀਂ ਦੇਖਦੇ ਹਾਂ ਆਤਮ ਹੱਤਿਆ ਤੱਕ ਬੱਚੇ ਸੋਚਣ ਲੱਗ ਜਾਂਦੇ ਨੇ ਬਿਲਕੁਲ ਸਹੀ ਗੱਲ ਹੈ ਜਦੋਂ ਬੱਚੇ ਨੂੰ ਆਪਣੇ ਆਪ ਨੂੰ ਸੈਲਫ ਇਮੇਜ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਆਇਡੈਂਟੀਟੀ ਕ੍ਰਾਈਸਿਸ ਦੀ ਪ੍ਰੋਬਲਮ ਹੁੰਦੀ ਹੈ ਤੇ ਹਾਂ ਦੇ ਉਹਨੂੰ ਕਹਿੰਦੇ ਨੇ ਕਿ ਹਾਂ ਵੀ ਅੱਜਕੱਲ ਤੂੰ ਕੀ ਕਰ ਰਿਹਾ ਹੈ ਉਹਦੇ ਕੋਲ ਇਹਦਾ ਜਵਾਬ ਨਹੀਂ ਹੁੰਦਾ ਠੀਕ ਹੈ ਤੇ ਫਿਰ ਉਹ ਪ੍ਰੈਸ਼ਰ ਹੋਰ ਵੱਧ ਜਾਂਦਾ ਹੈ ਕਿ ਹੁਣ ਲੋਕ ਮੇਰੇ ਬਾਰੇ 네ਗੇਟਿਵ ਸੋਚਣਗੇ ਤੇ ਜੇ ਲੋਕ ਮੇਰੇ ਬਾਰੇ 네ਗੇਟਿਵ ਸੋਚਣ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਮੈਂ ਕਾਮਯਾਬ ਨਹੀਂ ਹਾਂ ਤੇ ਫਿਰ ਉਹਨੂੰ ਜਜਮੈਂਟ ਦੇ ਕਾਰਨ ਆਪਣੇ ਸੈਲਫ ਇਮੇਜ ਵਿੱਚ ਹੋਰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇੱਕ ਤਾਂ 올ਰੇਡੀ ਔਰ ਦਾ ਸੈਲਫ ਇਮੇਜ 네ਗੇਟਿਵ ਹੈ ਤੇ ਜਿਹੜੇ ਸਮਾਜ ਦੇ ਲੋਕ ਨੇ ਜਿਹੜੇ ਉਹਨੂੰ ਹਾਲਚਾਲ ਪੁੱਛਣ ਆਉਂਦੇ ਸਭ ਤੋਂ ਪਹਿਲਾਂ ਹਾਲ ਪੁੱਛਦੇ ਹੁਣ ਵੀ ਕੀ ਕਰਦਾ ਪਿਆ ਲੋਕ ਇਹ ਨਹੀਂ ਪੁੱਛਦੇ ਹੋਰ ਵੀ ਕਿੱਦਾਂ ਉਹ ਜਦ ਕੀ ਕਰਦਾ ਪਿਆ ਜਿਹੜੇ ਸਟੂਡੈਂਟਸ ਨੇ ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਐਡੋਲੈਸੈਂਸ ਨੇ ਮੰਨ ਲਓ ਕਿਸੇ ਨੇ ਕੋਈ ਕੋਰਸ ਕੀਤਾ ਹਨ ਵੀ ਜੌਬ ਲੱਗੀ ਵੀ ਜੌਬ ਲੱਗੇਗੀ ਸਾਰਿਆਂ ਨੂੰ ਪਤਾ ਲੱਗ ਹੀ ਜਾਏਗਾ ਪਰ ਸਪੈਸ਼ਲੀ ਜਾ ਕੇ ਉਸ ਚੀਜ਼ ਬਾਰੇ ਪੁੱਛਣਾ ਉਹਦੀ ਸੈਲਫ ਇਮੇਜ ਨੂੰ ਬਹੁਤ ਜ਼ਿਆਦਾ ਡਿਡਿਊਰੇਟ ਕਰਦਾ ਹੈ ਔਰ ਇੱਕ ਚੀਜ਼ ਇਹ ਦੇਖੀਏ ਨਾ ਕਿ ਮੀਡੀਆ ਦਾ ਅਸਰ ਹੈ ਹਰ ਪਾਸੇ ਮੀਡੀਆ ਹੈ ਔਰ ਜੋ ਮੇਗਾ ਜੀ ਨੇ ਦੱਸਿਆ ਹੈ ਕਿ ਸੁਪਨੇ ਦੇਖਦਾ ਹੈ ਕਈ ਵਾਰ ਉਹ ਸੁਪਨੇ ਇਦਾਂ ਦੇ ਹੁੰਦੇ ਨੇ ਕਿ ਰਾਤ ਤੋਂ ਰਾਤ ਅਮੀਰ ਬਣ ਜਾਵਾਂ ਸਵੇਰੇ ਮੇਰੀ ਛੱਤ ਦੇ ਉੱਤੇ ਹੈਲੀਕਾਪਟਰ ਉਤਰੇਗਾ ਠੀਕ ਹੈ ਨੌਕਰ ਚਾਕਰ ਖੜੇ ਨੇ ਮੈਂ ਸੂਟ ਪਾ ਰਿਆ ਮੈਂ ਇਦਾਂ ਤਿਆਰ ਹੋ ਰਿਹਾ ਇਧਰੋਂ ਸਲੂਟ ਇਧਰੋਂ ਸਲੂਟ ਸਾਰੇ ਜਾਣੇ ਮੇਰੇ ਅੱਗੇ ਝੁਕਦੇ ਪਏ ਨੇ ਪਤਾ ਨਹੀਂ ਕੀ ਕੋਈ ਸੁਪਨੇ ਦਿਖਦਾ ਹੈ ਬਿਲਕੁਲ ਸਹੀ ਹੈ 50 ਹਜ਼ਾਰ ਕਰੋੜ ਹੈ ਨਾ 1 ਲੱਖ ਕਰੋੜ ਦੀ ਪ੍ਰਾਪਰਟੀ ਨਾ ਜਾਣੇ ਇੰਨੀਆਂ ਕਿੰਨੀਆਂ ਸਿਫਰਾਂ ਆਉਂਦੀਆਂ ਨੇ ਉਹ ਵੀ ਨਹੀਂ ਸਾਨੂੰ ਪਤਾ ਪਰ ਇਦਾਂ ਦੇ ਸੁਪਨੇ ਉਹ ਦਿਖਦਾ ਹੈ ਤੇ ਫਿਰ ਉਹ ਐਂਟਰ ਕਰਦਾ ਹੈ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਿ ਹੁਣ ਉਹਨੇ ਕੋਈ ਜੌਬ ਕਰਨੀ ਹੈ ਜਾਂ ਉਹਨੇ ਕੋਈ ਬਿਜ਼ਨਸ ਕਰਨਾ ਹੈ ਫੇਰ ਇੱਕ ਤਣਾ ਆ ਜਾਂਦਾ ਉਹਦੇ ਉੱਤੇ ਬਿਲਕੁਲ ਕਿਉਂਕਿ ਜਿਹੜਾ ਉਹਨੇ ਡ੍ਰੀਮ ਦੇਖਿਆ ਤੇ ਜਿਹੜੀ ਰਿਐਲਿਟੀ ਹੈ ਉਹਦੇ ਵਿੱਚ ਕੋਈ ਸਮਾਨਤਾ ਹੀ ਨਹੀਂ ਹੈ ਉਹੀ ਮੈਂ ਕਹਿ ਰਹੀ ਆ ਕਿ ਜੇ ਸੈਲਫ ਇਮੇਜ ਨੂੰ ਰੀਅਲ ਟਾਈਮ ਚੈੱਕ ਦਿੱਤਾ ਜਾਵੇ ਰੈਗੂਲਰ ਇੰਟਰਵਲਸ ਤੇ ਤੇ ਇਹ ਪ੍ਰੋਬਲਮ ਨਹੀਂ ਹੋਏਗੀ ਪਰ ਜੇ ਬੰਦਾ ਸਿਰਫ ਖੁਆਬਾਂ ਵਿੱਚ ਰਹੇਗਾ ਤੇ ਫਿਰ ਉਹਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜੇ ਉਹ ਆਪਣਾ ਰੀਅਲ ਐਸਟੀਮੇਟ ਕਰੇ ਕਿ ਹਾਂ ਵੀ ਮੈਂ ਇੰਨਾ ਪੜਿਆ ਲਿਖਿਆ ਤੇ ਮੈਂ ਇੰਨਾ ਕਾਬਿਲ ਆ ਤਾਂ ਉਸ ਹਿਸਾਬ ਨਾਲ ਉਹ ਆਪਣੀ ਐਕਸਪੈਕਟੇਸ਼ਨਸ ਨੂੰ ਫੁੱਲਫਿਲ ਹੁੰਦਾ ਦੇਖੇਗਾ ਜੇ ਉਹਦਾ ਸੈਲਫ ਇਮੇਜ ਹੀ ਖਰਾਬ ਹੈ ਤੇ ਉਹ ਸਾਰਿਆਂ ਨੂੰ ਹੋਰ ਵੱਡਾ ਹੋਰ ਵੱਡਾ ਦਿਖੇਗਾ ਜਾਂ ਉਹ ਦੂਜਿਆਂ ਵਿੱਚ ਨੁਕਸ نکالੇਗਾ ਦੋਨੋਂ ਕੰਡੀਸ਼ਨ ਵਿੱਚ ਉਹਦੀ ਵਰਕਿੰਗ ਕਪੈਸਿਟੀ ਖਰਾਬ ਹੁੰਦੀ ਹੈ ਜੇ ਉਹ ਸਾਰਿਆਂ ਨੂੰ ਹੋਰ ਵੱਧ ਮੰਨੇ ਕਿ ਉਹ ਸੋਚਦਾ ਮੈਂ ਇਨਫੀਰੀਅਰ ਹਾਂ ਠੀਕ ਹੈ ਸੈਕਿੰਡ ਕੰਡੀਸ਼ਨ ਹੈ ਕਿ ਜਦੋਂ ਉਹਨੂੰ ਲੱਗਦਾ ਹੈ ਕਿ ਮੇਰੇ ਆਲ ਦੁਆਲ ਜਿੰਨੇ ਵੀ ਲੋਕ ਨੇ ਉਹ ਇਨਫੀਰੀਅਰ ਨੇ ਤੇ ਮੈਂ ਸੁਪੀਰੀਅਰ ਹਾਂ ਤੇ ਉਹ ਉਸ ਉਸ ਕੰਡੀਸ਼ਨ ਵਿੱਚ ਉਹਦਾ ਟੀਮ ਵਰਕ ਸਹੀ ਨਹੀਂ ਹੋਏਗਾ ਤੇ ਉਹਦੀ ਵਰਕਿੰਗ ਫਿਰ ਅਫੈਕਟ ਹੋਏਗੀ ਜੇ ਉਹਦੀ ਵਰਕਿੰਗ ਅਫੈਕਟ ਹੋਏਗੀ ਉਹ ਪ੍ਰੋਗਰੈਸ ਨਹੀਂ ਕਰ ਸਕਦਾ ਜੋ ਪ੍ਰੋਗਰੈਸ ਨਹੀਂ ਕਰ ਸਕਦਾ ਉਹਨੂੰ ਫਿਰ ਇਹੀ ਲੱਗੇਗਾ ਕਿ ਉਹ ਫੇਲੀਅਰ ਹੈ ਇਮੋਸ਼ਨਲ ਪ੍ਰੋਬਲਮਸ ਹੈ ਇਮੋਸ਼ਨਲ ਪ੍ਰੋਬਲਮਸ ਹੈ ਇਮੋਸ਼ਨਲ ਪ੍ਰੋਬਲਮਸ ਕਾਰਨ ਪ੍ਰੋਡਕਟਿਵਿਟੀ ਹੈਂਪਰ ਹੁੰਦੀ ਹੈ ਤੇ ਫਿਰ ਸਕਸੈਸ ਨਹੀਂ ਮਿਲਦੀ ਬਿਲਕੁਲ ਠੀਕ ਗੱਲ ਹੈ ਤੇ ਜੇ ਹੁਣ ਗੱਲ ਕਰੀਏ ਕੰਮਕਾਜੀ ਔਰਤਾਂ ਦੀ ਹੈ ਨਾ ਦੋਰੀ ਜ਼ਿੰਮੇਦਾਰੀ ਉਹਨਾਂ ਤੇ ਘਰ ਵੀ ਸੰਭਾਲਣਾ ਤੇ ਨਾਲ ਬਾਹਰ ਵੀ ਆਪਣਾ ਕੰਮ ਵੀ ਕਰਨਾ ਤੇ ਘਰ ਦਾ ਵੀ ਤਣਾ ਹੈ ਤੇ ਬਾਹਰ ਵੀ ਜਿੱਥੇ ਕੰਮ ਕਰ ਰਹੇ ਆ ਆਫਿਸ ਜਾ ਰਹੇ ਆ ਉੱਥੇ ਵੀ ਟੈਨਸ਼ਨਸ ਨੇ ਤਣਾ ਹੈ ਤੇ ਕਿਦਾਂ ਉਹ ਮੈਨੇਜ ਕਰਨ ਤੇ ਕੀ ਸੋਲਿਊਸ਼ਨਸ ਹਨ ਦੇਖੋ ਜਿਹੜੀ ਵਰਕਿੰਗ ਵਿਮਨਸ ਨੇ ਉਹਨਾਂ ਲਈ ਡੈਫੀਨਿਟਲੀ ਇਹ ਪ੍ਰੋਬਲਮ ਹੈ ਚਾਹੇ ਮੈਨ ਨੇ ਚਾਹੇ ਵੁਮੈਨ ਨੇ ਦੋਨਾਂ ਲਈ ਪ੍ਰੋਬਲਮ ਹੈ ਕਿ ਉਹਨਾਂ ਨੂੰ ਆਪਣੇ ਸਾਰੇ ਰੋਲ ਬਹੁਤ ਐਫੀਸ਼ੀਐਂਟਲੀ ਫੁੱਲਫਿਲ ਕਰਨੇ ਨੇ ਤੇ ਰੋਲਸ ਵਧ ਜਾਂਦੇ ਨੇ ਇੱਥੇ ਸੈਲਫ ਕੇਅਰ ਦੀ ਘਾਟ ਹੀ ਹੈ ਸੈਲਫ ਕੇਅਰ ਘਟ ਜਾਂਦਾ ਹੈ ਤਾਂ ਉਹਨਾਂ ਨੂੰ ਆਪਣੇ ਸੈਲਫ ਕੇਅਰ ਲਈ ਜ਼ਿਆਦਾ ਟਾਈਮ ਕੱਢਣਾ ਚਾਹੀਦਾ ਹੈ ਸੈਲਫ ਕੇਅਰ ਕੁਝ ਵੀ ਹੋ ਸਕਦਾ ਹੈ ਆਪਣੇ ਨਾਲ ਬਾਤ ਕਰਨਾ ਆਪਣੇ ਪਰਸਨੈਲਿਟੀ ਨੂੰ ਨਿਖਾਰਨਾ ਆਪਣੀ ਸਿਹਤ ਵੱਲ ਦੇਖਣਾ ਐਕਸਰਸਾਈਜ਼ ਕਰਨਾ ਡੀ ਬਰੀਥਿੰਗ ਕਰਨਾ ਕੋਈ ਵੀ ਇੱਕ ਪ੍ਰੋਪਰ ਰੂਟੀਨ ਜਿਦੇ ਵਿੱਚ ਉਹਨਾਂ ਦੇ ਲਈ ਆਪਣੇ ਲਈ ਘੰਟਾ ਡੇਢ ਘੰਟਾ 2 ਘੰਟੇ ਦਾ ਸਮਾਂ ਹੋਵੇ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹ ਬਾਕੀ ਸਾਰੇ ਰੋਲ ਤਾਂ ਬਹੁਤ ਐਫੀਸ਼ੀਐਂਟਲੀ ਕਰ ਦਿੰਦੇ ਨੇ ਪਰ ਸੈਲਫ ਨੂੰ ਇਗਨੋਰ ਕਰ ਦਿੰਦੇ ਨੇ ਤੇ ਤਾਂ ਤਣਾਅ ਵੱਜ ਜਾਂਦਾ ਵੱਜ ਜਾਂਦਾ ਤੇ ਜਿੱਦਾਂ ਡਿਊਟੀਆਂ ਕਈ ਵਾਰੀ ਇਦਾਂ ਹੁੰਦੀਆਂ ਕਿ ਕਈਆਂ ਦੀ ਨਾਈਟ ਸ਼ਿਫਟਸ ਹੁੰਦੀ ਹੈ ਹੈਨਾ ਤੇ ਉਹ ਰਾਤ ਵੇਲੇ ਕੰਮ ਕਰਦੇ ਨੇ ਤੇ ਦਿਨ ਵੇਲੇ ਜਿਹੜਾ ਹੈ ਉਹ ਸੌਣ ਦਾ ਵਕਤ ਮਿਲਦਾ ਹੈ ਕਿ ਇਦਾਂ ਦਾ ਜਿਹੜੇ ਸੌਣ ਦੇ ਪੈਟਰਨ ਦੇ ਵਿੱਚ ਜਿਹੜਾ ਬਦਲਾਅ ਹੈ ਉਹ ਵੀ ਤਣਾ ਦਾ ਕਾਰਨ ਬਣਦਾ ਨਹੀਂ ਜੇ ਕਿਸੇ ਦਾ ਹਮੇਸ਼ਾ ਹੀ ਨਾਈਟ ਰੂਟੀਨ ਹੈ ਤੇ ਫਿਰ ਇਹ ਕਾਰਨ ਨਹੀਂ ਬਣਦਾ ਜੇ ਕਿਸੇ ਦਾ ਕਿਸੇ ਦਿਨ ਨਾਈਟ ਕਿਸੇ ਦਿਨ ਡੇ ਤੇ ਉਹ ਬਹੁਤ ਜਲਦੀ ਜਲਦੀ ਸ਼ਿਫਟ ਹੁੰਦਾ ਤਾਂ ਫਰਕ ਪੈਂਦਾ ਨਹੀਂ ਤਾਂ ਬਾਡੀ ਉਹਨੂੰ ਅਡਜਸਟ ਕਰ ਲੈਂਦੀ ਹੈ ਡੇ ਤੇ ਨਾਈਟ ਤੇ ਰੂਟੀਨ ਨੂੰ ਉਹਦੀ ਪ੍ਰੋਬਲਮ ਨਹੀਂ ਹੁੰਦੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੋਨੋਂ ਹੀ ਵਰਕਿੰਗ ਨੇ ਹਸਬੰਡ ਵੀ ਕੰਮ ਕਰ ਰਿਹਾ ਔਰ ਵਾਈਫ ਵੀ ਕੰਮ ਕਰ ਰਹੀ ਹੈ ਹੁਣ ਦੋਵੇਂ ਘਰ ਇਕੱਠੇ ਆਏ ਠੀਕ ਹੈ ਤੇ ਉਸ ਤੋਂ ਬਾਅਦ ਹਸਬੰਡ ਤੇ ਆਪਣੇ ਰਿਮੋਟ ਕੰਟਰੋਲ ਲੈ ਕੇ ਬਹਿ ਗਿਆ ਆ ਟੀਵੀ ਦੇਖ ਰਹੇ ਆ ਸ਼ੋਅ ਦੇਖ ਰਹੇ ਆ ਔਰ ਉਹ ਵਿਚਾਰੀ ਕਿਚਨ ਚ ਜਾ ਕੇ ਸਾਰਾ ਕੁਝ ਰੈਡੀ ਕਰ ਰਹੀ ਹੈ ਸੋ ਇਹ ਵੀ ਸਟ्रेस ਹੁੰਦਾ ਹੈ ਕਿ ਉਹ ਮੇਰੇ ਨਾਲ ਉਹ ਵੀ ਤਾਂ ਹੈਲਪ ਕਰੇ ਮੈਂ ਵੀ ਤਾਂ ਸਾਰਾ ਦਿਨ ਕੰਮ ਕਰਕੇ ਆਈ ਹਾਂ ਬਿਲਕੁਲ ਪਰ ਇਹ ਸਟ्रेस ਤਾਂ ਹੋ ਜਾਂਦਾ ਹੈ ਕਿਉਂਕਿ ਕੌਨਫਲਿਕਟ ਰੈਜ਼ੋਲੂਸ਼ਨ ਨਹੀਂ ਆਉਂਦਾ ਕਿਉਂਕਿ ਸਾਨੂੰ ਗੱਲ ਕਰਨੀ ਨਹੀਂ ਆਉਂਦੀ ਜੇ ਉਹਨੂੰ ਬੁਰਾ ਲੱਗਦਾ ਉਹਦੇ ਬਾਰੇ ਗੱਲ ਕਰੇ ਉਹਨੂੰ ਸਮਝਾਏ ਤਾਂ ਸਹੀ ਉਹਨੂੰ ਪਤਾ ਹੀ ਨਹੀਂ ਕਿ ਉਹ ਗਲਤੀ ਕਰ ਰਿਹਾ ਹੈ ਉਹਦਾ ਕੋਈ ਇੰਟੈਂਸ਼ਨ ਨਹੀਂ ਉਹਨੂੰ ਹਰਟ ਕਰਨ ਦਾ ਜਾਂ ਉਹਨੂੰ ਨੀਚਾ ਦਿਖਾਉਣ ਦਾ ਜਾਂ ਆਪ ਐਸ਼ ਕਰਨ ਦਾ ਤੇ ਉਹਦੇ ਕੰਮ ਕਰਵਾਉਣ ਦਾ ਪਰ ਕਮਿਊਨੀਕੇਸ਼ਨ ਗੈਪ ਹੋ ਜਾਂਦਾ ਜੇ ਉਹ ਕਮਿਊਨੀਕੇਟ ਕਰਨ ਕਿ ਮੈਨੂੰ ਇਦਾਂ ਲੱਗਦਾ ਹੈ ਤੇ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ ਉਹ ਡੈਫੀਨਿਟਲੀ ਹੈਲਪ ਕਰਨਗੇ ਜੀ ਓਕੇ ਤੇ ਜੇ ਘਰੇਲੂ ਔਰਤਾਂ ਦੀ ਹੈ ਨਾ ਗੱਲ ਕਰੀਏ ਕਿ ਘਰ ਦੇ ਵਿੱਚ ਨੇ ਘਰ ਪੂਰੀ ਸੰਭਾਲ ਰਹੀਆਂ ਨੇ ਬੱਚਿਆਂ ਨੂੰ ਵੀ ਸੰਭਾਲ ਰਹੇ ਨੇ ਪਰਿਵਾਰ ਨੂੰ ਵੀ ਸੰਭਾਲ ਰਹੀਆਂ ਨੇ ਪਰ ਫਿਰ ਵੀ ਇਦਾਂ ਹੁੰਦਾ ਹੈ ਕਿ ਜਦੋਂ ਘਰ ਦੇ ਆ ਵੱਲੋਂ ਸਪੋਰਟ ਨਾ ਮਿਲੇ ਹਸਬੈਂਡ ਵੱਲੋਂ ਸਪੋਰਟ ਨਾ ਮਿਲੇ ਤੇ ਤਣਾ ਹੋ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਸਪੋਰਟ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਮੈਂ ਕਹਿ ਰਹੀ ਹਾਂ ਕਿ ਬੱਚਿਆਂ ਨੂੰ ਪੇਰੈਂਟਸ ਦੀ ਲੋਡ ਹੈ ਸਪੋਰਟ ਲਈ ਉਦਾਂ ਹੀ ਪੇਰੈਂਟਸ ਨੂੰ ਵੀ ਬੱਚਿਆਂ ਦੇ ਵੀ ਲੋਡ ਹੈ ਤੇ ਹਸਬੈਂਡ ਦੀ ਪਾਰਟਨਰ ਦੀ ਵੀ ਲੋਡ ਹੈ ਲੋਡ ਹੈ ਵਾਈਫ ਦੀ ਵੀ ਲੋਡ ਹੈ ਹਸਬੈਂਡਸ ਨੂੰ ਤੇ ਇੱਕ ਦੂਸਰੇ ਨੂੰ ਸਪੋਰਟ ਕਰਨ ਲਈ ਇੱਕ ਦੂਸਰੇ ਨੂੰ ਜਾਣਨਾ ਜ਼ਰੂਰੀ ਹੈ ਇੱਕ ਦੂਸਰੇ ਨੂੰ ਜਾਣਨ ਲਈ ਗੱਲ ਕਰਨਾ ਜ਼ਰੂਰੀ ਹੈ ਸੋ ਕਮਿਊਨੀਕੇਸ਼ਨ ਜੇ ਆਪਾਂ ਸਾਰੇ ਮਿਲ ਕੇ ਟੀਵੀ ਦੇਖ ਰਹੇ ਉਹਨੂੰ ਫੈਮਲੀ ਟਾਈਮ ਨਹੀਂ ਕਹਿੰਦੇ ਜੇ ਆਪਾਂ ਰਲ ਮਿਲ ਕੇ ਗੱਲ ਕਰ ਰਹੇ ਨੇ दैट्स ਕੋ ਖਾਣਾ ਖਾ ਰਹੇ ਨੇ ਨਾਲ ਕੰਮ ਕਰ ਰਹੇ ਨੇ ਕਿਚਨ ਦਾ ਕੰਮ ਕਰ ਰਹੇ ਨੇ ਨਾਲ ਉਹਨੂੰ ਫੈਮਲੀ ਟਾਈਮ ਫਿਰਦਾ ਟਾਈਮ ਦਾ ਬਹੁਤ ਜ਼ਬਰਦਸਤ ਪੁਆਇੰਟ ਹੈ ਜੀ ਬਿਲਕੁਲ ਨਾਲ ਬੈਠ ਕੇ ਮੂਵੀ ਦੇਖਣ ਨੂੰ netflix ਦੇਖਣ ਨੂੰ ਫੈਮਲੀ ਟਾਈਮ ਨਹੀਂ ਫੈਮਲੀ ਟਾਈਮ ਨਹੀਂ ਸਾਡੇ ਜੀ ਸੰਜੀਪ ਇਹ ਵੀ ਗੱਲ ਕਰਨੀ ਇੱਥੇ ਬੰਦੀ ਹੈ ਨਾ ਕਿ ਜੇ ਕੰਮਕਾਜੀ ਔਰਤਾਂ ਦੀ ਗੱਲ ਕਰੀਏ ਭਾਵੇਂ ਘਰੇਲੂ ਔਰਤਾਂ ਦੀ ਹੈ ਨਾ ਗੱਲ ਕਰੀਏ ਤੇ ਜੇ ਇਸੇ ਤਰ੍ਹਾਂ ਤਣਾਅ ਉਹਨਾਂ ਨੂੰ ਰਹਿੰਦਾ ਹੈ ਤਾਂ ਕੀ ਕੀ ਸਰੀਰਕ ਦਿਆਂ ਨੇ ਜੇ ਤਣਾਅ ਰਹਿੰਦਾ ਹੈ ਹਰ ਕੁਝ ਪੋਸੀਬਲ ਹੈ ਸਾਰੀ ਜਿੰਨੀ ਵੀ ਪ੍ਰੋਬਲਮਸ ਤੁਸੀਂ ਜਾਣਦੇ ਹੋ ਸਭ ਕੁਝ ਪੋਸੀਬਲ ਹੈ ਜੇ ਤੁਸੀਂ ਗੱਲ ਕਰੋ ਥਾਇਰਾਇਡ ਦੀ ਥਾਇਰਾਇਡ ਹੋ ਸਕਦਾ ਹੈ ਜੇ ਤੁਸੀਂ ਗੱਲ ਕਰੋ ਮੋਟਾਪੇ ਦੀ ਮੋਟਾਪਾ ਹੋ ਸਕਦਾ ਹੈ ਮੈਂਸਟੂਰੀਅਲ ਇਰੈਗੂਲਰਿਟੀਜ਼ ਹੋ ਸਕਦੇ ਨੇ ਬਹੁਤ ਸਾਰੇ ਪ੍ਰੋਬਲਮਸ ਹੋ ਸਕਦੇ ਨੇ ਹਾਈਪਰ ਟੈਨਸ਼ਨ ਹੋ ਸਕਦਾ ਹੈ ਜਦੋਂ ਆਪਾਂ ਸਟ੍ਰੈਸ ਦੀ ਗੱਲ ਕਰੀਏ ਸਟ੍ਰੈਸ ਇੱਕ ਹਾਰਮੋਨ ਰਿਲੀਜ਼ ਕਰ ਦਈਏ ਜਿਹਦੇ ਕਾਰਨ ਪੂਰਾ ਹਾਰਮੋਨ ਸਿਸਟਮ ਅਫੈਕਟ ਹੁੰਦਾ ਹੈ ਉਹਦੇ ਕਾਰਨ ਥਾਇਰਾਇਡ ਹੁੰਦਾ ਜਦੋਂ ਥਾਇਰਾਇਡ ਹੁੰਦਾ ਉਹ ਮੈਟਾਬੋਲਿਜ਼ਮ ਨੂੰ ਅਫੈਕਟ ਕਰਦਾ ਹੈ ਜਦੋਂ metabolisim ਅਫੈਕਟ ਹੁੰਦਾ ਹੈ ਡੈਫੀਨਿਟਲੀ ਹਾਈਪਰਟੈਨਸ਼ਨ ਔਰ ਬਾਕੀ ਚੀਜ਼ਾਂ ਵੀ ਹੁੰਦੀਆਂ ਨੇ ਤੇ ਓਬਸਿਟੀ ਵੀ ਹੁੰਦੀ ਹੈ ਤੇ ਜਦੋਂ ਓਬਸਿਟੀ ਹੋ ਗਈ ਥਾਇਰੋਇਡ ਹੋ ਗਿਆ ਤੇ ਹੋਰ ਬਹੁਤ ਲੈਵਲਸ ਤੇ ਉਹ ਮੈਗਨੀਫਾਈ ਹੁੰਦਾ ਫਿਰ ਕਿਸੇ ਨੂੰ ਦਰਦ ਰਹਿੰਦਾ ਹੈ ਜੋੜਾਂ ਵਿੱਚ ਕਿਸੇ શરીર ਦੇ ਕਿਸੇ ਵੀ ਥਾਂ 'ਤੇ ਦਰਦ ਹੋ ਸਕਦਾ ਹੈ ਫਿਰ ਉਹ ਬਹੁਤ ساری ਬਿਮਾਰੀਆਂ ਦਾ ਰੂਪ ਲੈ ਸਕਦਾ ਹੈ ਡਿਪਰੈਸ਼ਨ ਹੋ ਸਕਦਾ ਹੈ ਐਂਜ਼ਾਇਟੀ ਹੋ ਸਕਦੀ ਹੈ ਤੇ ਹੋਰ ਬਹੁਤ ਕੁਝ ਵੱਧ ਸਕਦਾ ਹੈ ਬਿਲਕੁਲ ਜੀ ਸਾਡੇ ਸ਼ਾਸਤਰ ਕਹਿੰਦੇ ਨੇ ਕਿ ਚਿੰਤਾ ਚਿਤਾ ਸਮਾਨ ਹੈ ਇਸ ਕਰਕੇ ਚਿੰਤਾ ਤੋਂ ਦੂਰ ਰਹੋ ਹਮਮ ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਾਰੀ ਫੈਮਿਲੀ ਇਕੱਠੀ ਬਿਲ ਕੇ ਬੈਠੇ ਸਾਡੇ ਬਜ਼ੁਰਗ ਅਕਸਰ ਕਹਿੰਦੇ ਨੇ ਕਿ ਬੰਦਾ ਬੰਦੇ ਦਾ دارو ਹੈ ਤੇ ਬੰਦਾ ਬੰਦੇ ਤੇ ਭਾਰੂ ਹੈ ਹਮਮ ਤੇ ਉਹ ਬੰਦੇ ਦਾ ਸੋਲੂਸ਼ਨ ਬੰਦੇ ਨੇ ਕਰਨਾ ਹੈ ਤੇ ਪਹਿਲਾਂ ਫੈਮਿਲੀਆਂ ਹੁੰਦੀਆਂ ਸੀ ਕਿ ਜੁਆਇੰਟ ਫੈਮਿਲੀ ਹੁੰਦੀ ਸੀ ਇਕੱਠੇ ਰਹਿੰਦੇ ਸੀ ਹੈਨਾ ਬਹੁਤ ਸਾਰਾ ਵੱਡਾ ਪਰਿਵਾਰ ਹੁੰਦਾ ਸੀ ਅੱਜ ਕੱਲ ਛੋਟੀਆਂ ਛੋਟੀਆਂ ਫੈਮਲੀਆਂ ਨੇ ਨਿਊਕਲੀਅਰ ਫੈਮਲੀਆਂ ਨੇ ਉਸ ਕਰਕੇ ਵੀ ਤਣਾਅ ਦਾ ਜਿਹੜਾ ਸਕੇਲ ਹੈ ਜਿਹੜੇ ਮੈਗਾਨਿਸ ਸਟਾਰਟਿੰਗ ਦੇ ਵਿੱਚ ਆંકੜੇ ਦਿੱਤੇ ਨੇ ਕਿ ਸਾਰਿਆਂ ਨੂੰ ਇਤਨਾ ਹੈ ਇਹ ਵੀ ਕਾਰਨ ਹੈ ਕਿ ਜੁਆਇੰਟ ਫੈਮਿਲੀ ਵੱਲੋਂ ਅਸੀਂ ਨਿਊਕਲੀਅਰ ਫੈਮਿਲੀ ਵੱਲ ਆ ਗਏ ਹਾਂ ਬਿਲਕੁਲ ਕਿਉਂਕਿ ਪਹਿਲਾਂ ਦਾਦਾ ਮਾਮਾ ਚਾਚਾ ਬਹੁਤ ਸਾਰੇ ਲੋਕ ਹੁੰਦੇ ਸੀ ਹੁਣ ਦੋ ਪੇਰੈਂਟਸ ਨੇ ਉਹਨਾਂ ਨੂੰ ਸਾਰੇ ਰੋਲਸ ਜਸਟੀਫਾਈ ਕਰਨੇ ਨੇ ਜੀ ਉਹ ਪੋਸੀਬਲ ਨਹੀਂ ਹੈ ਤੇ ਹੁਣ ਵਰਕ ਉਹ ਪੇਰੈਂਟਸ ਵੀ ਵਰਕਿੰਗ ਨੇ ਵਰਕ ਇਨ ਹੋਣ ਕਾਰਨ ਉਹਨਾਂ ਨੂੰ ਟਾਈਮ ਹੋਰ ਤੇ ਹੋਰ ਲਾਈਫ ਸਟਾਈਲ ਬਦਲ ਗਈ ਹੈ ਹੁਣ ਬੱਚਿਆਂ ਨੂੰ ਵੀ ਟਿਊਸ਼ਨ ਜਾਣਾ ਹੈ ਕੋਚਿੰਗ ਕਲਾਸਿਸ ਜਾਣੀ ਨੇ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਕਰਨੇ ਤੇ ਉਹਨਾਂ ਦਾ ਐਕਸੈਲ ਕਰਨਾ ਵੀ ਜ਼ਰੂਰੀ ਹੈ ਤੇ ਜਿਹੜਾ ਲਾਈਫ ਸਟਾਈਲ ਹੈ ਉਹ ਵੀ ਬਦਲ ਗਿਆ ਹੈ ਤੇ ਜਿਹੜਾ ਫੈਮਿਲੀ ਪੈਟਰਨ ਹੈ ਉਹ ਵੀ ਬਦਲ ਗਿਆ ਤੇ ਟੋਟਲ ਮਿਸਮੈਚ ਹੋ ਗਿਆ ਤੇ ਉਹਦੇ ਕਾਰਨ ਬਹੁਤ ਜ਼ਿਆਦਾ ਤਣਾਅ ਵਧ ਗਿਆ ਹੈ ਕਿਉਂਕਿ ਹੁਣ ਕੋਈ ਗੱਲ ਕਰਨ ਨੂੰ ਨਹੀਂ ਜੇ ਗੱਲ ਕਰੋ ਉਹਨਾਂ ਨੇ ਕੋਈ ਟੈਂਸ਼ਨ ਸੋਲਵ ਕਰਨ ਵਾਲਾ ਨਹੀਂ ਹੈ ਜੇ ਕੋਈ ਟੈਂਸ਼ਨ ਸੋਲਵ ਕਿਦਾ ਕਰਨਾ ਹੈ ਉਹ ਸਿਖਾਉਣ ਵਾਲਾ ਹੀ ਨਹੀਂ ਤਾਂ ਟੈਂਸ਼ਨ ਤਾਂ ਰਹਿਣਗੇ ਫਿਰ ਜੀ ਬਿਲਕੁਲ ਬੱਚੇ ਦੀ ਆਦਤ ਜੀ ਬਿਲਕੁਲ ਆਪਣੇ ਗੱਲਪਾਤ ਡਾਕਟਰ ਸਾਹਿਬ ਨੂੰ ਵੀ ਰਿਲੈਕਸ ਕਰੀਏ ਆਪਾਂ ਵੀ ਰਿਲੈਕਸ ਹੋਈਏ ਸਾਡੇ ਸਾਡੇ ਦਰਸ਼ਕ ਵੀ ਰਿਲੈਕਸ ਹੋਣਾ ਚਾਹੁੰਦੇ ਨੇ ਕੋਈ ਗੀਤ ਜੀ ਇੱਕ ਗੀਤ ਸਾਡਾ ਬਿਲਕੁਲ ਤਿਆਰ ਹੈ ਦੇਖਦੇ ਆ ਤਾਂ ਸੁਣਦੇ ਆ ਇੱਕ ਗੀਤ

ਇਹ ਕੀ ਆ ਸੌਤਾ ਲੋ ਜੀ ਸਾਰੇ ਰਿਲੈਕਸ ਹੋ ਗਏ ਨੇ ਹੱਸ ਰਹੇ ਨੇ ਦੇਖੋ ਇਹਦਾ ਮਤਲਬ ਇਹ ਹੈ ਕਿ ਗਾਣਾ ਬਹੁਤ ਪਸੰਦ ਆਇਆ ਇਦਾਂ ਹੀ ਹੱਸਦੇ ਰਿਹਾ ਕਰੋ ਖੁਸ਼ ਰਹਾ ਕਰੋ ਡੀਡੀ ਪੰਜਾਬੀ ਹਮੇਸ਼ਾ ਤੁਹਾਨੂੰ ਰਿਲੈਕਸ ਕਰਦਾ ਹੈ ਕਿਉਂਕਿ ਫਿਕਰ ਨਾ ਟੇਕ ਹੌਸਲਾ ਹਮੇਸ਼ਾ ਸਾਡਾ ਇਹੀ ਸੰਦੇਸ਼ ਰਹਿੰਦਾ ਹੈ ਕਈ ਵਾਰ ਆਪਾਂ ਨਾ ਫਾਲਤੂ ਦੀਆਂ ਗੱਲਾਂ 'ਚ ਉਲਝ ਜਾਂਦੇ ਹਾਂ ਐਵੇਂ ਹੀ ਸੋਚੀ ਜਾਂਦੇ ਹਾਂ ਉਦਾਹਰਨ ਦੇ ਤੌਰ ਤੇ ਮੱਝ ਕਾਲੇ ਰੰਗ ਦੀ ਹੁੰਦੀ ਹੈ ਪੱਠੇ ਹਰੇ ਰੰਗ ਦੇ ਖਾਂਦੀ ਹੈ ਫਿਰ ਦੁੱਧ ਚਿੱਟਾ ਕਿਉਂ ਹੁੰਦਾ ਹ ਹੁਣ ਇਹ ਕੋਈ ਗੱਲ ਥੋੜਾ ਹੈ ਤੇ ਕੁਦਰਤ ਹੀ ਹੈ ਭਾਈ ਫालतੂ ਦੀਆਂ ਗੱਲਾਂ ਚোলਜੇ ਰਹਿੰਦੇ ਆਂ ਔਰ ਇਸ ਤਰ੍ਹਾਂ ਜ਼ਿੰਦਗੀ ਸਾਨੂੰ ਹਮੇਸ਼ਾ ਤੰਗ ਕਰਦੀ ਰਹਿੰਦੀ ਜੀ ਤਣਾਅ ਦੀ ਅਸੀਂ ਗੱਲ ਕਰਨਾ ਹੈ ਤੇ ਡਾਕਟਰ ਨidhi ਅਗਰਵਾਲ ਜੀ ਮਨੋਵਿਗਿਆਨੀ ਨੇ ਸਾਡੇ ਨਾਲ ਨੇ ਤੇ ਲਗਾਤਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਆਂ ਤੇ ਇਹਨਾਂ ਤੋਂ ਜਾਣਦੇ ਆਂ ਕਿ ਜ਼ਿੰਦਗੀ ਦੇ ਵਿੱਚ ਇਦਾਂ ਵੀ ਹੁੰਦਾ ਹੈ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੀ ਟੈਨਸ਼ਨ ਲੈਂਦੇ ਆਂ ਗੱਲਾਂ ਕੀ ਹੁੰਦੀ ਆ ਉਹਨੇ ਮੈਨੂੰ ਮੋਟੀ ਕਹਿਤਾ ਉਨੇ ਕਿਹਾ ਤੂੰ ਅੱਜ ਚੰਗੀ ਨਹੀਂ ਲੱਗ ਰਹੀ ਆ ਉਹਨੇ ਕਿਹਾ ਅੱਜ ਤੂੰ ਅ ਸਬਜੀ ਜਿਹੜੀ ਬਣਾਈ ਸੀ ਉਹ ਚ ਲੂਣ ਘੱਟ ਸੀ ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਤੇ ਤਣਾ ਇੰਨਾ ਜ਼ਿਆਦਾ ਸੀ ਲੈ ਲੈਣੇ ਆ ਕਿ ਆਪਣੀ ਰਾਤ ਦੀ ਨੀਂਦ ਤੱਕ ਖਰਾਬ ਕਰ ਬੈਠਦੇ ਆ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੇ ਕੋਈ ਸਾਡੇ ਸੈਲਫ ਇਮੇਜ ਨੂੰ ਹੋਰ ਜ਼ਿਆਦਾ ਹੈਂਪਰ ਕਰੇ ਸਾਨੂੰ ਪਰੇਸ਼ਾਨੀ ਹੁੰਦੀ ਹੈ ਜੇ ਕੋਈ ਸਾਨੂੰ ਕਹੇ ਕਿ ਤੂੰ ਚੰਗਾ ਨਹੀਂ ਲੱਗਦਾ ਤੂੰ ਮੋਟੀ ਲੱਗਦੀ ਤੂੰ ਕਾਲੀ ਲੱਗਦੀ ਐ ਸਾਨੂੰ ਫਰਕ ਪੈਂਦਾ ਕਿਉਂਕਿ ਸਾਡਾ ਸੈਲਫ ਇਮੇਜ ਆਲਰੇਡੀ 네ਗੇਟਿਵ ਵਿੱਚ ਹੋਰ ਉਹਦੇ ਵਿੱਚ ਬੜੌਤਰੀ ਹੋ ਜਾਂਦੀ ਐ ਜੇ ਕੋਈ ਹੋਰ ਉਹਦੇ ਵਿੱਚ 네ਗੇਟਿਵ ਆ ਕੇ ਕਹਿੰਦਾ ਸਾਨੂੰ ਲੱਗਦਾ ਬਿਲਕੁਲ ਸਹੀ ਕਹਿ ਰਿਹਾ ਕਿਉਂਕਿ ਆਪਾਂ ਨੂੰ ਤਾਂ ਯਕੀਨ ਹੀ ਨਹੀਂ ਐ ਕਿ ਆਪਾਂ ਸੁੰਦਰ ਨੇ ਤੇ ਸਾਨੂੰ ਉਹਦੀ ਗੱਲ ਤੇ ਜ਼ਿਆਦਾ ਯਕੀਨ ਹੋ ਜਾਂਦਾ ਜੇ ਆਪਾਂ ਉਹਦੀ ਗੱਲ ਤੇ ਯਕੀਨ ਕਰੀਏ ਤੇ ਫਿਰ ਉਹਨੂੰ ਸੱਚ ਮੰਨਣਾ ਪੈਂਦਾ ਜੇ ਉਹ ਸੱਚ ਕਹਿ ਰਿਹਾ ਫਿਰ ਤਾਂ ਮੈਂ ਇਨਫੀਰੀਅਰ ਹੀ ਆ ਤੇ ਫਿਰ ਮੈਨੂੰ ਆਪਣੇ ਬਾਰੇ ਬੁਰਾ ਹੀ ਲੱਗੇਗਾ ਮੈਨੂੰ ਆਪਣੇ ਬਾਰੇ ਚੰਗਾ ਤਾਂ ਨਹੀਂ ਲੱਗ ਸਕਦਾ ਫਿਰ ਭਾਵੇਂ ਕੋਈ ਹੋਰ ਮੈਨੂੰ ਝਾੜ ਤੇ ਚਰਾਨ ਲਈ ਕਹੇ ਦੇ ਕਿ ਤੂੰ ਹੁਣ ਬਹੁਤ ਸੁੰਦਰ ਲੱਗ ਰਹੀ ਹੈ ਭਾਵੇਂ ਮੈਂ ਕੁਝ ਵੀ ਪਾਇਆ ਹੋਵੇ ਪਰ ਮੈਂ ਉਹਦੀ ਗੱਲ ਮੰਨਾਂਗੀ ਤੇ ਉਹ ਜੋ ਵੀ ਕਹੇਗਾ ਉਹ ਕਰ ਵੀ ਲਾਵਾਂਗੀ ਇਹਨੂੰ ਕਹਿੰਦੇ ਹੈ self image ਵਿੱਚ ਪ੍ਰੋਬਲਮ ਹੋਣਾ ਤੇ ਜੇ self image ਵਿੱਚ ਪ੍ਰੋਬਲਮ ਹੋਏਗੀ ਆਪਾਂ ਸਾਰਿਆਂ ਦੀ ਗੱਲ ਨੂੰ ਇੰਪੋਰਟੈਂਸ ਦਵਾਂਗੇ ਜੇ self image ਵਿੱਚ ਪ੍ਰੋਬਲਮ ਨਹੀਂ ਹੋਏਗੀ ਆਪਾਂ ਕਿਸੇ ਦੀ ਪ੍ਰੋਬਲਮ ਨੂੰ ਕਿਸੇ ਦੀ ਕਹਿ ਨੂੰ ਕੋਈ ਪ੍ਰੋਬਲਮ ਨਹੀਂ ਮੰਨਾਂਗੇ ਤੇ ਉਹਦੇ ਕਾਰਨ ਫਿਰ ਪ੍ਰੋਡਕਟਿਵਿਟੀ ਇਨਫਲੂਐਂਸ ਨਹੀਂ ਹੋਏਗੀ ਤੇ ਰਾਤ ਦੀ ਨੀਂਦ ਵੀ ਖਰਾਬ ਨਹੀਂ ਹੋਏਗੀ ਰਾਤ ਦੀ ਨੀਂਦ ਆਪਾਂ ਆਪ ਖਰਾਬ ਕਰਦੇ ਹਾਂ ਕਿਉਂਕਿ ਸਾਡੀ ਸੋਚ ਸਾਡੇ ਲਈ ਸਕਾਰਾਤਮਕ ਨਹੀਂ ਹੈ ਉਹ ਨਕਾਰਾਤਮਕ ਹੈ ਸਾਨੂੰ ਅੰਦਰੋਂ ਆਵਾਜ਼ ਜਿਹੜੀ ਆਉਂਦੀ ਉਹ 네ਗੇਟਿਵ ਹੈ ਉਹਦੇ ਕਾਰਨ ਸਾਡੀ ਰਾਤ ਦੀ ਨੀਂਦ ਚਲੀ ਜਾਂਦੀ ਕਿਸੇ ਹੋਰ ਦੇ ਕਾਰਨ ਨਹੀਂ ਔਰ ਕਹਿੰਦੇ ਨੇ ਨਾ ਕਿ ਜਿਹੜਾ ਤੁਹਾਡਾ ਵੀਕ ਪੁਆਇੰਟ ਹੈ ਜਿਹੜਾ ਲੋਕੀ ਕਹਿੰਦੇ ਨੇ ਉਹੀ ਅਸਲ 'ਚ ਤੁਹਾਡੀ ਖੂਬਸੂਰਤੀ ਹੈ ਤੁਸੀਂ ਉਹਦੇ ਵੱਲ ਧਿਆਨ ਕਿਉਂ ਨਹੀਂ ਦਿੰਦੇ ਤੁਸੀਂ ਦੂਸਰੇ ਵਰਗਾ ਕਿਉਂ ਬਣਨਾ ਚਾਹੁੰਦੇ ਹੋ ਤੁਸੀਂ ਆਪਣੇ ਵਰਗਾ ਕਿਉਂ ਨਹੀਂ ਬਣਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਵਿੱਚ ਕੀ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ ਸਾਡੇ ਵਿੱਚ ਕੀ ਪੋਜ਼ਿਟਿਵ ਹੈ ਤੇ ਕੀ ਨੈਗੇਟਿਵ ਹੈ ਜੀ ਆਪਣੇ ਵੱਲ ਧਿਆਨ ਨਹੀਂ ਹਾਂ ਇਟਸ ਅ ਮਿਰਰ ਥਿੰਗ ਨਾ ਅਗਰ ਕੋਈ ਆਪਕੋ ਕੋਈ ਤੁਹਾਨੂੰ ਪੋਜ਼ਿਟਿਵ ਦਿਖਾ ਰਿਹਾ ਤੁਸੀਂ ਪੋਜ਼ਿਟਿਵ ਦੇਖ ਰਹੇ ਹੋ ਕੁਏ ਤੁਹਾਨੂੰ ਨੈਗੇਟਿਵ ਦਿਖਾ ਰਿਹਾ ਤੁਸੀਂ ਨੈਗੇਟਿਵ ਦੇਖ ਰਹੇ ਤੁਸੀਂ ਆਪ ਤਾਂ ਜਾਣ ਕੇ ਨਹੀਂ ਰਹੇ ਕਿ ਅੰਦਰ ਹੈ ਕੀ ਬਹੁਤ ਕੁਝ ਅਨਐਕਸਪਲੋਰ ਰਹਿ ਜਾਂਦਾ ਜੇ ਜਿਹੜੀ ਅਨਐਕਸਪਲੋਰ ਚੀਜ਼ ਹੈ ਉਹ ਤੁਹਾਨੂੰ ਹੀ ਨਹੀਂ ਪਤਾ ਫਿਰ ਲੋਕ ਉਹਦੇ ਬਾਰੇ ਤਾਰੀਫ ਕਿਵੇਂ ਕਰੀਏ ਫਿਰ ਜਿਹੜਾ ਸੈਲਫ ਇਮੇਜ ਹੈ ਤੁਸੀਂ ਆਪ ਉਹਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂ ਦੁਨੀਆ ਸਮਾਜ ਉਹਦੇ ਲਈ ਕੁਝ ਨਹੀਂ ਕਰ ਸਕਦੇ ਉਹਨੂੰ ਗਿਰਾਹ ਤਾਂ ਸਕਦੇ ਹੈ ਪਰ ਵਧਾ ਨਹੀਂ ਸਕਦੇ ਕਹਿੰਦੇ ਨੇ ਨਾ ਕਿ ਜੇ ਬੰਦਾ ਅੰਦਰੋਂ ਖੁਸ਼ ਰਹਿੰਦਾ ਹੈ ਤਾਂ ਬੜਾ ਖੂਬਸੂਰਤ ਲੱਗਦਾ ਹੈ ਤਨੂੰ ਮੇਕਅਪ ਦੀ ਲੋੜ ਨਹੀਂ ਪੈਂਦੀ ਉਹਦਾ ਬਜਟ ਵੀ ਕੰਟਰੋਲ ਰਹਿੰਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਫਰਸਟ ਐਗਜ਼ਾਮਪਲ ਦਿੱਤਾ ਸੀ ਉਹ ਜਿਹੜਾ ਤੀਜਾ ਬੰਦਾ ਸੀ ਉਹ ਅੰਦਰੋਂ ਖੁਸ਼ ਸੀ ਉਹਨੂੰ ਕਨਫਲਿਕਟ ਰੈਜ਼ੋਲੂਸ਼ਨ ਆਂਦਾ ਸੀ ਤੇ ਉਹਦੇ ਲਈ ਦੁਨੀਆ ਖੂਬਸੂਰਤ ਸੀ ਜਿਹੜਾ ਪਹਿਲਾ ਬੰਦਾ ਸੀ ਉਹਦੇ ਲਈ ਦੁਨੀਆ ਪੂਰੀ ਖਰਾਬ ਸੀ ਹਮ ਜਿਹੜਾ ਵਿਚਾਰਲਾ ਸੀ ਮਜਬੂਰ ਸੀ ਮਜਬੂਰ ਸੀ ਫੇਰ ਵੀ ਠੀਕ ਸੀ ਪਰ ਜਿਹੜਾ ਤੀਜਾ ਬੰਦਾ ਸੀ ਉਹ ਖੁਸ਼ ਰਹਿੰਦਾ ਸੀ ਉਹਨੂੰ ਤਣਾਅ ਨਹੀਂ ਸੀ ਹਮ ਦੁਨੀਆ ਕੀ ਕਹੇਗੀ ਬਿਲਕੁਲ ਇਹ ਸੋਚ ਜੇ ਦੁਨੀਆ ਉਹਦੀ ਗੱਲ ਕਰਦੀ ਹੈ ਤੀਜੇ ਬੰਦੇ ਦੀ ਗੱਲਾਂ ਕਰਦੀ ਹੈ ਦੁਨੀਆ ਤੇ ਪਹਿਲਾਂ ਦੀ ਕੋਈ ਵੀ ਗੱਲ ਨਹੀਂ ਕਰੇਗਾ ਬਿਲਕੁਲ ਤੇ ਜਿੱਦਾਂ ਅਸੀਂ ਗੱਲ ਕੀਤੀ ਪਹਿਲੇ ਬੱਚਿਆਂ ਦੀ ਹਨਾ ਫਿਰ ਅਸੀਂ ਔਰਤਾ ਦੀ ਗੱਲ ਕੀਤੀ ਤੇ ਜੇ ਹੁਣ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਬਜ਼ੁਰਗਾਂ ਨੂੰ ਵੀ ਕਾਫੀ ਤਣਾ ਰਹਿੰਦਾ ਹੈ ਹਨਾ ਕੀ ਕਾਰਨ ਨੇ ਉਹਦੇ ਕੀ ਸਰੀਰਿਕ ਪੱਖੋਂ ਥੋੜੀ ਕਮਜ਼ੋਰੀ ਰਹਿੰਦੀ ਹੈ ਇਹ ਬਿਲਕੁਲ ਬਹੁਤ سارے ਕਾਰਨ ਇਕੱਠ ਹੋ ਜਾਂਦੇ ਨੇ ਬਜ਼ੁਰਗਾਂ ਵਿੱਚ ਦੇਖੋ ਉਹ ਜਿਹੜਾ ਪਹਿਲਾਂ ਤੋਂ 네ਗੇਟਿਵ ਸੈਲਫ ਇਮੇਜ ਆ ਰਿਹਾ ਹੈ ਉਹਦੇ ਕਾਰਨ ਬਹੁਤ ਸਾਰੀ ਆਪਾਂ 네ਗੇਟਿਵਿਟੀ ਆਲਰੇਡੀ ਹੋਲਡ ਕੀਤੀ ਹੋਈ ਹੈ ਫਿਰ ਉਸ 네ਗੇਟਿਵਿਟੀ ਹੋਲਡ ਕਰਨ ਕਰਨ ਕਾਰਨ ਸਾਨੂੰ ਬਹੁਤ ਤਰ੍ਹਾਂ ਦੇ ਸਰੀਰਕ ਪਰੇਸ਼ਾਨੀ ਹੋ ਜਾਂਦੇ ਨੇ ਜਿੱਦਾਂ ਆਪਾਂ ਗੱਲ ਕੀਤੀ ਹਾਰਮੋਨਲ ਚੇਂजेस ਹੋ ਜਾਂਦੇ ਨੇ अर्ਲੀ ਏਜਿੰਗ ਹੋ ਜਾਂਦੀ ਹੈ ਤੇ ਬਹੁਤ ਸਰੀਰ ਦੇ ਕਿਸੇ ਕਿਸੇ ਅੰਗ ਵਿੱਚ ਦਿੱਕਤ ਹੋ ਜਾਂਦੀ ਹੈ ਕਈ ਵਾਰ ਆਰਗਨ ਫੇਲੀਅਰਸ ਵੀ ਹੋ ਜਾਂਦੇ ਨੇ ਤਣਾਅ ਵਿੱਚ ਰਹਿਣ ਕਾਰਨ ਉਦਾਸੀ ਬਹੁਤ ਜ਼ਿਆਦਾ ਐਕਸਪੀਰੀਅੰਸ ਕਰਨ ਤੇ ਉਹਨਾਂ ਦੇ ਕਾਰਨ ਹੁਣ ਜਦੋਂ ਬੰਦਾ ਆਲਰੇਡੀ ਏਜਿੰਗ ਆਲਰੇਡੀ ਹੋ ਰਹੀ ਹੈ ਜੀ ਤੇ ਹੁਣ ਸਰੀਰ ਵੀ ਕਮਜ਼ੋਰ ਹੋ ਰਿਹਾ ਹੈ ਤੇ ਮਨ ਆਲਰੇਡੀ ਕਮਜ਼ੋਰ ਹੈ ਤੇ ਕਮਜ਼ੋਰ ਸਰੀਰ ਤੇ ਕਮਜ਼ੋਰ ਮਨ ਜਿਹੜੀ પરિਸਥਿਤੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਫਿਰ ਉਹਦੇ ਕਾਰਨ ਉਹ પરિਸਥਿਤੀ ਹੋਰ ਜ਼ਿਆਦਾ ਜਟਿਲ ਲੱਗਦੀ ਹੈ ਤੇ ਉਹ ਜਦੋਂ ਹੋਰ ਜਟਿਲ ਲੱਗਦੀ ਹੈ ਬੰਦਾ ਹੋਰ ਜ਼ਿਆਦਾ ਹੌਸਲਾ ਛੱਡ ਦਿੰਦਾ ਤੇ ਇਸ ਕਾਰਨ ਜਦੋਂ ਉਹ ਆਪ ਹੌਸਲਾ ਛੱਡਦਾ ਉਹਦੇ ਜਿਹੜੇ ਕੇਅਰ ਗਿਵਰ ਨੇ ਉਹ ਵੀ ਥੋੜਾ ਥੱਕ ਜਾਂਦੇ ਨੇ ਜਲਦੀ ਤੇ ਇਹ ਸਾਰੀ ਚੀਜ਼ ਫਿਰ ਐਕਿਊਮੂਲੇਟ ਹੁੰਦੀ ਹੈ ਜੇ ਦੋ ਬਜ਼ੁਰਗ ਨੇ ਇੱਕ ਬਹੁਤ ਖੁਸ਼ ਰਹਿੰਦੇ ਨੇ ਇੱਕ ਖੁਸ਼ ਨਹੀਂ ਰਹਿੰਦੇ ਬੱਚੇ ਕਿਹਦੇ ਕੋਲ ਜਾਣਗੇ ਤੁਸੀਂ ਆਪ ਹੀ ਦੱਸੋ ਬਿਲਕੁਲ ਠੀਕ ਗੱਲ ਹੈ ਠੀਕ ਹੈ ਜਿਹਦੇ ਕੋਲ ਬੱਚੇ ਜਾ ਕੇ ਬੈਠਣਗੇ ਉਹਨੂੰ ਹੋਰ ਚੰਗਾ ਲੱਗੇਗਾ ਜੇ ਹੋਰ ਚੰਗਾ ਮਹਿਸੂਸ ਕਰੇਗਾ ਉਹ ਹੋਰ ਜਲਦੀ ਠੀਕ ਹੋਏਗਾ ਤੇ ਹੈਲਦੀ ਲਾਈਫ ਲੀਡ ਕਰੇਗਾ ਤੇ 네ਗੇਟਿਵਿਟੀ 네ਗੇਟਿਵਿਟੀ ਨੂੰ ਅਟਰੈਕਟ ਕਰਦੀ ਹੈ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਨੂੰ ਅਟਰੈਕਟ ਕਰਦੀ ਜੇ ਤੁਸੀਂ ਆਲਰੇਡੀ ਪੋਜ਼ਿਟਿਵ ਰਹੋਗੇ ਪੋਜ਼ਿਟਿਵਿਟੀ ਤੁਹਾਡੇ ਕੋਲ ਆਏਗੀ ਜੇ 네ਗੇਟਿਵ ਹੋ ਆਲਰੇਡੀ ਤੇ ਉਹਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਡੈਫੀਨੇਟਲੀ ਪੋ ऑलरेडी जी चीज़ है उही एक्यूमुलेट करोगे फिर सोल्यूशन नहीं होएगा hmm. उन्होंने चेंज करना बहुत इंपोर्टेंट है कोपिंग स्किल्स डेवलप करना बहुत इंपोर्टेंट है जी मतलब ये है कि अपने आप को खुद तैयार करना है hmm. जी सेल्फ नाल गल करना सेल्फ नू ठीक रखना ते सेल्फ नू पैम्पर करना बहुत जरूरी है ਜੀ ਤੇ ਕਿਸੇ ਹੋਰ ਦੇ ਪੈਂਪਰ ਦੀ ਵੇਟ ਨਹੀਂ ਕਰਨੀ ਆਪਾਂ ਉਹ ਜਿਹੜੇ ਕਹਿੰਦੇ ਨੇ ਆਈ ਏਮ ਦਾ ਬੈਸਟ ਆਈ ਏਮ ਦਾ ਬੈਸਟ ਕਹਿੰਦੇ ਬਹੁਤ اچھی ਥੈਰੇਪੀ ਹੈ ਬਹੁਤ अच्छी ਥੈਰੇਪੀ ਹੈ ਬਹੁਤ ਜ਼ਰੂਰੀ ਥੈਰੇਪੀ ਹੈ ਜੀ ਤੇ ਡਾਕਟਰ ਦੇ ਜਿਸਾ ਕਈ ਵਾਰ ਅਸੀਂ ਇਹ ਸੁਣਿਆ ਹੈ ਤੇ ਸ਼ਾਇਦ ਦੇਖਿਆ ਵੀ ਆਇਆ ਕਿ ਜਦੋਂ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਰਹਿੰਨੇ ਆ ਤੇ ਉਸ ਵੇਲੇ ਏਜਿੰਗ ਸਾਈਨ ਹੈ ਨਾ ਜਲਦੀ ਮਤਲਬ ਜਿਹੜੀ ਨਜ਼ਰ ਆਣ ਲੱਗ ਜਾਂਦੇ ਨੇ ਜਾਂ ਆਪਣੇ ਆਪ ਨੂੰ ਅਸੀਂ ਬਹੁਤ 부ਜੇ ਹੋਇਆ ਬਹੁਤ ਉਦਾਸੀਨ ਮਹਿਸੂਸ ਕਰਦੇ ਆ ਇਹ ਇਦਾਂ ਲੱਗਦਾ ਕਿ ਅਸੀਂ ਬਹੁਤ ਵੱਡੀ ਉਮਰ ਦੇ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਬਾਡੀ ਐਂਡ ਮਾਈਂਡ ਆਰ ਗੁੱਡ ਫਰੈਂਡਸ ਜੇ ਦੋਨਾਂ ਦੀ ਕੰਪਨੀ ਅੱਛੀ ਹੈ ਤੇ ਦੋਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਕਿ ਜੇ ਦੋਨਾਂ ਵਿੱਚ ਤਾਲਮੇਲ ਨਹੀਂ ਹੈ ਉਹ ਬਹੁਤ ਖਰਾਬ ਪਰਫਾਰਮੈਂਸ ਦਿੰਦੇ ਨੇ ਜੀ ਠੀਕ ਹੈ ਤੇ ਦੋਨਾਂ ਵਿੱਚ ਤਾਲਮੇਲ ਤਾਂ ਅੱਛਾ ਹੋਏਗਾ ਜੇ ਮਨ ਖੁਸ਼ ਹੈ ਜੇ ਮਨ ਖੁਸ਼ ਹੈ ਤਾਂ ਹੀ ਉਹ ਸਰੀਰ ਨੂੰ ਖੁਸ਼ ਰੱਖੇਗਾ ਨਹੀਂ ਤਾਂ ਉਹ ਸਰੀਰ ਨੂੰ ਕਿਸੇ ਵੀ ਚੀਜ਼ ਵਿੱਚ ਫੈਸਿਲਿਟੇਟ ਨਹੀਂ ਕਰੇਗਾ ਜੇ ਕਿਸੇ ਦਾ ਮਨ ਚੰਗਾ ਵਾਕ ਤੇ ਵੀ ਚਲਾ ਜਾਏਗਾ ਐਕਸਰਸਾਈਜ਼ ਵੀ ਕਰ ਲਏਗਾ ਡਾਂਸ ਵੀ ਕਰ ਲਏਗਾ ਕਿਸੇ ਨਾਲ ਗੱਲ ਵੀ ਕਰ ਲਏਗਾ ਜੇ ਮਨ ਚੰਗਾ ਨਹੀਂ ਇਹ ਸਾਰੀ ਚੀਜ਼ਾਂ ਨਹੀਂ ਹੋਣਗੀਆਂ ਤੇ ਫਿਰ ਏਜਿੰਗ ਡੈਫੀਨਿਟਲੀ ਜਲਦੀ ਆਏਗੀ ਤੇ ਇਹਦੇ ਕਾਰਨ ਇੱਕ ਤਾਂ ਮਨ ਖਰਾਬ ਹੁੰਦਾ ਫਿਰ ਲੋਕਾਂ ਨਾਲ ਚੰਗਾ ਰਿਲੇਸ਼ਨ ਨਹੀਂ ਰਹਿੰਦਾ ਜਦੋਂ ਚੰਗਾ ਰਿਲੇਸ਼ਨ ਨਹੀਂ ਰਹਿੰਦਾ ਫਿਰ ਉਹਦੇ ਕਾਰਨ ਮਨ ਹੋਰ ਖਰਾਬ ਹੁੰਦਾ ਕਿਉਂਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਦਿਲ ਦੀ ਗੱਲ ਨਹੀਂ ਕਰ ਸਕਦਾ ਜੇ ਦਿਲ ਦੀ ਗੱਲ ਹੀ ਨਹੀਂ ਕਰੇਗਾ ਤੇ ਫਿਰ ਦਿਲ ਹਲਕਾ ਕਿਵੇਂ ਕਰੇਗਾ ਜੇ ਦਿਲ ਹਲਕਾ ਨਹੀਂ ਕਰੇਗਾ ਤੇ ਫਿਰ ਉਹਦਾ ਕੋਈ ਸੋਲਿਊਸ਼ਨ ਨਹੀਂ ਹੋਏਗਾ ਤੇ ਫਿਰ ਉਹ ਜਿਹੜੇ ਸੋਲਿਊਸ਼ਨ ਨਹੀਂ ਹੁੰਦਾ ਫਿਰ ਉਹ ਸੋਮੈਟਿਕ ਕਨਸਰਨਸ ਵਿੱਚ ਕਨਵਰਟ ਹੋ ਜਾਂਦਾ ਫਿਰ ਏਜਿੰਗ ਡੈਫੀਨੇਟਲੀ ਸਪੀਡ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਫਿਰ ਮੈਟਾਬੋਲਿਕ ਚੇਂजेस ਹਾਰਮੋਨਲ ਚੇਂਂजेस ਤੇ ਬਾਡੀ ਵਿੱਚ ਬਹੁਤ ਤਰ੍ਹਾਂ ਦੀ ਫੰਕਸ਼ਨਿੰਗ ਵਿੱਚ ਚੇਂजेस ਆ ਜਾਂਦੇ ਨੇ ਤਾਂ ਉਹ ਜਲਦੀ ਏਜਿੰਗ ਸ਼ੁਰੂ ਹੋ ਜਾਂਦੀ ਹੈ ਮਤਲਬ ਦਿਲ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਇਹ ਨਾ ਸੋਚੋ ਲੋਕ ਕੀ ਕਹਿਣਗੇ ਦੁਨੀਆ ਕੀ ਕਹੂਗੀ ਕੋਈ ਵੇਲਾ ਨਹੀਂ ਹੈਗਾ ਕਿ ਤੁਹਾਡੇ ਵਾਸਤੇ ਕੋਈ ਕੁਝ ਕਰਵੇ ਹੈਨਾ ਸਾਰੇ ਜਣੇ ਬਿਜ਼ੀ ਨੇ ਤੁਸੀਂ ਕੀ ਕਹਿੰਦੇ ਹੋ ਇਸ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਤੇ ਤੁਹਾਡੇ ਪ੍ਰੋਬਲਮ ਦਾ ਕਿੰਨਾ ਕੋ ਸਲੂਸ਼ਨ ਹੁੰਦਾ ਹੈ ਜੇ ਤੁਹਾਨੂੰ ਇੱਕ ਨਾਲ ਗੱਲ ਕਰਕੇ ਸਲੂਸ਼ਨ ਨਹੀਂ ਮਿਲਦਾ ਦੂਜੇ ਨਾਲ ਕਰੋ ਤੀਜੇ ਨਾਲ ਕਰੋ ਜਦੋਂ ਤੱਕ ਤੁਹਾਡੀ ਸੈਟੀਸਫੈਕਸ਼ਨ ਨਹੀਂ ਹੁੰਦੀ ਉਹਦੇ ਤੱਕ ਤੁਹਾਨੂੰ ਆਪਣੀ ਪ੍ਰੋਬਲਮ ਦਾ ਸਲੂਸ਼ਨ ਕੋਸ਼ਿਸ਼ ਕਰਨੀ ਚਾਹੀਦੀ ਕਿ ਤੁਸੀਂ ਕਿਤੇ ਨਾ ਕਿਸੇ ਨਾਲ ਗੱਲ ਕਰਕੇ ਫਾਈਂਡ ਆਊਟ ਕਰੋ ਬਿਲਕੁਲ ਗੱਲ ਕਰਕੇ ਡਾਕਟਰ ਦੇਤੇ ਗੱਲ ਕਰਨੀ ਬੰਦੀ ਹੈ ਕਿ ਜਦੋਂ ਅਸੀਂ ਤਣਾਅ ਦੇ ਵਿੱਚ ਹੁੰਨੇ ਆ ਹਨ ਜਦ ਕਦੋਂ ਸਾਡਾ ਤਣਾਅ ਵੱਧ ਜਾਂਦਾ ਹੈ ਤੇ ਕਦੋਂ ਉਹ ਸ પરિਸਥਿਤੀ ਆਉਂਦੀ ਹੈ ਜਦੋਂ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਮਤਲਬ ਕੀ ਸਿਚੁਏਸ਼ਨ ਹੁੰਦੀ ਹੈ ਉਹ ਕੀ ਸਿੰਪਟਮ ਜਿਹੜੇ ਹੈ ਉਹ ਨਜ਼ਰ ਆਣ ਕਿ ਜਦੋਂ ਸਾਨੂੰ ਪਤਾ ਲੱਗੇ ਜਾਂ ਸਾਡਾ ਕੋਈ ਬਹੁਤ ਕਰੀਬੀ ਹੈ ਸਾਨੂੰ ਪਤਾ ਲੱਗੇ ਕਿ ਇਹਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਦੇਖੋ ਜੀ ਬਹੁਤ ਸਾਰੇ ਲੱਛਣ ਹੋ ਸਕਦੇ ਹਨ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਬੰਦਾ ਉਦਾਸ ਹੈ ਉਹਦੇ ਉਹਦੀ ਨੀਂਦ ਕਿਵੇਂ ਹੈ ਨੀਂਦ ਵੱਧ ਗਈ ਹੈ ਘਟ ਗਈ ਹੈ ਜਲਦੀ ਨੀਂਦ ਨਹੀਂ ਆਉਂਦੀ ਹੈ ਵਿੱਚੇ ਨੀਂਦ ਖੁੱਲ ਜਾਂਦੀ ਹੈ ਜਲਦੀ ਜਾਗ ਖੁੱਲ ਜਾਂਦੀ ਹੈ ਸਵੇਰੇ ਉਹ ਹੋ ਸਕਦਾ ਇੱਕ ਪੱਖ ਦੇਖੰਦਾ ਤੇ ਉਹਦਾ ਜਿਹੜਾ ਡਾਈਟਰੀ ਪੈਟਰਨ ਹੈ ਉਹ ਕਿੰਨਾ ਚੇਂਜ ਹੋਇਆ ਘੱਟ ਖਾ ਰਿਹਾ ਜ਼ਿਆਦਾ ਖਾ ਰਿਹਾ ਹੈ ਜ਼ਿਆਦਾ ਵਾਸ਼ਰੂਮ ਜਾ ਰਿਹਾ ਹੈ ਤੇ ਚਿੜਚਿੜਾ ਹੋ ਰਿਹਾ ਹੈ ਕੱਲਾ ਰਹਿੰਦਾ ਹੈ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਹੈ ਬਹੁਤ ਸਾਰੇ ਚੀਜ਼ ਨੇ ਜੇ ਕੋਈ ਵਰਕਿੰਗ ਹੈ ਤੇ ਫਿਰ ਉਹਦੀ ਵਰਕਿੰਗ ਇਰੈਗੂਲੈਰਿਟੀਜ਼ ਹੋ ਸਕਦੀਆਂ ਨੇ ਈਵਨ ਜੇ ਕੋਈ ਹਾਊਸ ਵਾਈਫ ਬੀ ਐਫ ਵੀ ਪਤਾ ਲੱਗ ਜਾਂਦਾ ਹੈ ਚਿੜਚਿੜਾਪਨ ਹੈ ਜਾਂ ਸਿਰ ਵਿੱਚ ਦਰਦ, ਸ਼ਰੀਰ ਵਿੱਚ ਦਰਦ ਇਸ ਤਰ੍ਹਾਂ ਦੇ ਬਹੁਤ ਸਾਰੇ ਚੀਜ਼ਾਂ ਰਿਪੋਰਟ ਕਰਦੇ ਨੇ ਤੇ ਉਸ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਜੇ ਬੰਦਾ ਸੋਸ਼ਲ ਓਕਿਊਪੇਸ਼ਨਲ ਡਿਸਫੰਕਸ਼ਨੀ ਹੋਂਦੀ ਮਤਲਬ ਉਹ ਸਮਾਜ ਤੋਂ ਕਟਣਾ ਸ਼ੁਰੂ ਹੋ ਜਾਂਦਾ ਆਪਣੇ ਕੰਮ ਤੋਂ ਕਟਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਲੱਗਦਾ ਹੈ ਕਿ ਉਹਨੂੰ professionel help ਦੀ ਲੋੜ ਹੈ ਫਿਰ professionel help ਲੈ ਲੈਣੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਸ પરિਸਥਿਤੀ ਨੂੰ ਆਪ ਨਹੀਂ ਸੰਭਾਲ ਸਕਦੇ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਮਰੀਜ਼ ਨੂੰ ਆਪ ਨੂੰ ਪਤਾ ਨਹੀਂ ਚੱਲਦਾ ਪਰ ਉਹਦੇ ਘਰ ਦੇ ਉਹਦੇ ਜਿਹੜੇ ਹਾਂਦੇ ਨੇ ਬੱਚੇ ਜਾਂ ਬਾਕੀ ਲੋਕ ਇਹ ਚੀਜ਼ ਦੇਖ ਸਕਦੇ ਨੇ ਉਹਨਾਂ ਨੂੰ ਸਮਝ ਆਏਗਾ ਕਿ ਇਹ ਚਿਰਚੜਾ ਜ਼ਿਆਦਾ ਹੋ ਰਿਹਾ ਹੈ ਜਾਂ ਗੱਲ ਨਹੀਂ ਕਰਦਾ ਜਾਂ ਨੀਂਦ ਵਿੱਚ ਪ੍ਰੋਬਲਮ ਹੈ ਜਾਂ ਸਰੀਰ ਦੇ ਬਹੁਤ ਜ਼ਿਆਦਾ ਪ੍ਰੋਬਲਮਸ ਰਿਪੋਰਟ ਕਰ ਰਹੇ ਨੇ ਫਿਰ ਉਹਨਾਂ ਨੂੰ ਪ੍ਰੋਫੈਸ਼ਨਲ ਹੈਲਪ ਲੈਣੀ ਚਾਹੀਦੀ ਹੈ ਮਤਲਬ ਜੋ ਤੁਹਾਡੇ ਦਿਮਾਗ ਵਿੱਚ ਹੈ ਉਹ ਤੁਹਾਡੇ ਸਰੀਰ ਵਿੱਚ ਦਿਖਾਈ ਦੇਗਾ ਦੇਗਾ ਹੀ ਦੇਗਾ ਔਰ ਫਿਰ ਜੋ ਤੁਹਾਡੇ ਸਰੀਰ 'ਚ ਜਾ ਰਿਹਾ ਹੈ ਜੋ ਖਾਣਾ ਖਾ ਰਹੇ ਹੋ ਉਹਦਾ ਵੀ ਅਸਰ ਪੈਂਦਾ ਦਿਮਾਗ ਤੇ ਕਿ ਕਈ ਲੋਕ ਬੜਾ ਮਿਰਚਾਂ ਖਾਂਦੇ ਨੇ ਕਈ ਲੋਕ ਬੜਾ ਮਿੱਠਾ ਖਾਂਦੇ ਨੇ ਇਹਦਾ ਵੀ ਤੁਹਾਡੇ ਮੂਡ ਦੇ ਉੱਤੇ ਤੁਹਾਡੇ ਇਮੋਸ਼ਨਸ ਦੇ ਉੱਤੇ ਅਸਰ ਪੈਂਦਾ ਅਮ ਸਲਾਈਟਲੀ ਜੇ ਤੁਹਾਨੂੰ ਹੱਥ ਵਿੱਚ ਝੋਟ ਲੱਗ ਜਾਏ ਤੇ ਖੂਨ ਨਿਕਲੇ ਤੇ ਤੁਹਾਨੂੰ ਤੁਹਾਡੇ ਦਿਲ ਤੇ ਕੋਈ ਫਰਕ ਪੈਂਦਾ ਤੁਹਾਡੇ ਮਾਨਸਿਕ ਸਥਿਤੀ ਵਿੱਚ ਕੋਈ ਫਰਕ ਪੈਂਦਾ 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 ਬਿਲਕੁਲ ਉਸੇ ਤਰ੍ਹਾਂ ਪਈਗਾ ਜੀ ਖਾਣਾ ਵੀ ਧਿਆਨ ਨਾਲ ਖਾਣਾ ਵੀਰ ਖਾਣਾ ਇੱਥੇ ਮੈਂ ਇੱਕ ਗੱਲ ਹੋਰ ਜੋੜਨਾ ਚਾਹੂੰਗੀ ਕਿ ਕੁਝ ਲੋਕ ਕਹਿੰਦੇ ਕਿ ਚਾਕਲੇਟਸ ਜ਼ਿਆਦਾ ਜੇ ਅਸੀਂ ਖਾਂਦੇ ਆ ਤੇ ਤਣਾ ਘਟ ਜਾਂਦਾ ਹੈ ਜਾਂ ਕਾਫੀ ਪੀਣੀ ਚਾਹੀਦੀ ਹੈ ਜਾਂ ਬਲੈਕ ਕਾਫੀ ਦੇ ਨਾਲ ਤਣਾ ਘਟ ਜਾਂਦਾ ਕਿੰਨੀ ਮੇਗਾ ਆਪਣੀ ਡਾਈਟ ਦੱਸਦੇ ਕਿੰਨੀ ਸੱਚਾਈ ਹੈ ਇਸ ਗੱਲ ਦੇ ਵਿੱਚ ਮਾੜੀ ਮੋਟੀ ਸੱਚਾਈ ਹੈ ਪੂਰਾ ਸੱਚ ਨਹੀਂ ਹੈ ਦੇ ਕੈਨ ਐਕਟ ਐਸ ਗੁੱਡ ਡਿਸਟਰੈਕਟਰਸ ਜੇ ਆਪਾਂ ਟਾਫੀ ਖਾਈਏ ਡੈਫੀਨੇਟਲੀ ਇੱਕ ਵਾਰ ਜਿਹੜਾ ਆਪਾਂ ਸੋਚ ਰਹੇ ਸੀ ਜਿਹੜੀ ਚੀਜ਼ ਸੋਚ ਰਹੇ ਸੀ ਉਸ ਤੋਂ ਦਿਮਾਗ ਹਟ ਜਾਂਦਾ ਹੈ ਤੇ ਸਾਨੂੰ ਟੈਂਪੋਰਰੀ ਰੀਲੀਫ ਮਿਲ ਜਾਂਦਾ ਹੈ ਪਰ ਲੋਹੇ ਨੂੰ ਲੋਹਾ ਹੀ ਕੱਢਦਾ ਜੇ ਤੁਹਾਨੂੰ ਕੋਈ ਟੈਨਸ਼ਨ ਹੈ ਨੇ ਉਹ ਕਿਸੇ ਸੋਚ ਕਰ ਰਹੇ ਨੇ ਜੇ ਸੋਚ ਦਾ ਹੱਲ ਨਹੀਂ ਕਰੋਗੇ ਉਹ ਦੁਬਾਰਾ ਆ ਜਾਏਗਾ ਜੀ ਤੇ ਉਹ ਸੋਚ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਉਹਦਾ ਸਹੀ ਸੋਲਿਊਸ਼ਨ ਉਹਦੀ ਸੋਚ ਵਿੱਚ ਹੀ ਹੈ ਜੀ ਇੱਕ ਵਾਰ ਇੱਕ ਬਜ਼ੁਰਗ ਕਹਿ ਰਹੇ ਸੀ ਕਹਿੰਦੇ ਅੱਜ ਕੱਲ ਇੱਕ بڑا ਸ਼ਬਦ ਚੱਲਦਾ ਹੈ ਸਟ੍ਰੈਸ ਸਟ੍ਰੈਸ ਮੈਨੇਜਮੈਂਟ ਕਹਿੰਦਾ ਇਹਦਾ ਮਤਲਬ ਅਸੀਂ ਪੱਕਾ ਕਰ ਲਿਆ ਨਾ ਕਿ ਸਟ੍ਰੈਸ ਸਾਡੇ ਜੀਵਨ ਦਾ ਹਿੱਸਾ ਹੈ ਉਹਨੂੰ ਮੈਨੇਜ ਕਰਨਾ ਕਿਉਂਕਿ ਮੈਨੇਜ ਤੇ ਅਸੀਂ ਅੱਛੀਆਂ ਅੱਛੀਆਂ ਚੀਜ਼ਾਂ ਨੂੰ ਕਰਦੇ ਆ ਨਾ ਵਧੀਆ ਚੀਜ਼ਾਂ ਨੂੰ ਤੇ ਸਟ्रेस ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਕਿਉਂ ਮੰਨ ਕੇ ਬਹਿ ਗਏ ਆ ਦੇਖੋ ਜੀ ਜਿੰਨਾ ਸਾਨੂੰ ਜਿਸ ਹਿਸਾਬ ਨਾਲ ਲਾਈਫ ਇਵੋਲਵ ਹੋ ਰਹੀ ਹੈ ਲਾਈਫ ਸਟਾਈਲ ਇਵੋਲਵ ਹੋ ਰਹੀ ਹੈ ਜਿੰਨਾ ਸਾਡੇ ਉੱਤੇ ਸਕਸੈਸ ਦਾ ਪ੍ਰੈਸ਼ਰ ਹੈ ਪ੍ਰੋਗਰੈਸ ਦਾ ਪ੍ਰੈਸ਼ਰ ਹੈ ਸਟ्रेस ਇਜ਼ ਅ ਪਾਰਟ ਆਫ ਲਾਈਫ ਬਟ ਉਹਨੂੰ ਹੈਂਡਲ ਕਰਨਾ ਆਣਾ ਚਾਹੀਦਾ ਹੈ कॉन्फ्लिक्ट रेजोल्यूशन इज़ अ मस्ट अगर सानू कॉन्फ्लिक्ट रिजोल्व करना आता है तो वो टेंशन नहीं बनेगा जो टेंशन नहीं बनेगा फिर स्ट्रेस मैनेजमेंट नहीं करना पड़ेगा प्रिवेंशन इज बेटर देन क्योर कुदरती खुश रहिए हाँ जी खुश रहने ले अपनी लिमिट्स आप सेट करो गल समाज में देख के ना सेट करो किसी होर नू ना सेट करन दो तुसी देखो थानू की चाहिए थानू किदे विच खुशी मिलती है खुश रहना मेरा सुभाव है ਕਿ ਇਹ ਸਮਝ ਕੇ ਚੱਲਣਾ ਚਾਹੀਦਾ ਜੀ ਖੁਸ਼ ਆਪਣੇ ਆਪ ਨੂੰ ਖੁਸ਼ ਰੱਖਣਾ ਮੇਰੀ ਡਿਊਟੀ ਹੈ ਮੇਰੀ ਡਿਊਟੀ ਹੈ ਮੇਰੀ ਡਿਊਟੀ ਹੈ ਜੇ ਮੈਂ ਖੁਸ਼ ਨਹੀਂ ਹੈ ਆਪਣੇ ਆਪ ਨੂੰ ਰੁਕ ਕੇ ਪੁੱਛੋ ਕਿ ਮੈਂ ਇਹ ਚੀਜ਼ ਕਿਉਂ ਇੰਜੋਏ ਨਹੀਂ ਕਰ ਰਹਾ ਹਾਂ ਜਾਂ ਕਿਉਂ ਨਹੀਂ ਕਰ ਰਹੀ ਹਾਂ ਉਹ ਇੰਪੋਰਟੈਂਟ ਹੈ ਚਲਤੇ ਰਹਿਣਾ ਇੰਪੋਰਟੈਂਟ ਨਹੀਂ ਹੈ ਜੀ ਆਪਣੇ ਆਪ ਨੂੰ ਇੰਜੋਏ ਕਰਨਾ ਬਹੁਤ ਇੰਪੋਰਟੈਂਟ ਹੈ ਜੀ ਤੇ ਡਾਕਟਰ ਨਿਧੀ ਅਸੀਂ ਇਹ ਵੀ ਇੱਕ ਸਮੱਸਿਆ ਦੇਖੀ ਹੈ ਕਿ ਸਿਰਦਰਦ ਦੀ ਸਮੱਸਿਆ ਤਣਾਅ ਦੇ ਨਾਲ ਜੁੜੀ ਹੋਈ ਹੈ ਕਈ ਲੋਕ ਕਹਿੰਦੇ ਨੇ ਸਾਨੂੰ ਟੈਨਸ਼ਨ ਹੈ ਇਸ ਲਈ ਹੈਡੈਕ ਹੋ ਰਿਹਾ ਕਈ ਲੋਕ ਕਹਿੰਦੇ ਨੇ ਸਾਨੂੰ ਟੈਨਸ਼ਨ ਹੈਡੈਕ ਹੈ ਕੀ ਹੈ ਦੋਨੋਂ ਸੱਚ ਬੋਲ ਰਹੇ ਜੀ ਦੋਵੇਂ ਸੱਚ ਬੋਲਦੇ ਨੇ ਲੇਕਿਨ ਦੇਖੋ ਜਿਵੇਂ ਮੈਂ ਕਹਿ ਰਹੀ ਹਾਂ ਕਿ ਜਿਹੜੀ ਮੇਨ ਰੀਜ਼ਨ ਹੈ ਉਹ ਹੈ ਥਾਟ ਜੇ ਤੁਹਾਡੇ ਥਾਟਸ ਤੁਹਾਡੇ ਲਈ ਪ੍ਰੋਡਕਟਿਵ ਨਹੀਂ ਤੇ ਤੁਹਾਨੂੰ ਸੁਖ ਦਿੰਦੇ ਨਹੀਂ ਚੈਨ ਦਿੰਦੇ ਨਹੀਂ ਤਾਂ ਉਹ ਤੁਹਾਨੂੰ ਟੈਨਸ਼ਨ ਨਹੀਂ ਦੇਣਗੇ ਤੁਹਾਨੂੰ ਟੈਨਸ਼ਨ ਹੈਡੈਕ ਨਹੀਂ ਦੇਣਗੇ ਇਹਦਾ ਮਤਲਬ ਹੈ ਤੁਹਾਡੇ ਆਪਣੇ ਥਾਟ ਤੇ ਤੁਹਾਡਾ ਕੰਟਰੋਲ ਨਹੀਂ ਹੈ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਕੋਈ ਹੋਰ ਮੈਨੂੰ ਮੋਟਾ ਬੋਲ ਦੇ ਮੈਨੂੰ ਲੱਗਦਾ ਕਿ ਮੈਂ ਮੋਟਾ ਮੈਨੂੰ weight reduction ਦੀ ਲੋੜ ਹੈ ਨਹੀਂ ਤਾਂ ਮੈਂ ਅਗਲੀ ਹਮਮ ਤੇ ਕਿਸੇ ਹੋਰ ਦੇ ਬੋਲੇ ਬੋਲੇ ਆਪਾਂ ਉਸੀ ਤਰ੍ਹਾਂ ਸੋਚਾਂਗੇ ਤੇ ਫਿਰ ਸਾਡਾ ਸੈਲਫ ਬਹੁਤ ਜ਼ਿਆਦਾ ਪ੍ਰੈਸ਼ਰਡ ਹੋ ਜਾਂਦਾ ਹੈ ਜੀ ਬਿਲਕੁਲ ਠੀਕ ਹੈ ਤੇ ਉਹਦੇ ਵਿੱਚ ਸਾਨੂੰ ਆਪਣੇ ਥਾਟਸ ਨੂੰ ਆਪਣੇ ਲਈ ਆਪਣੇ ਵਾਸਤੇ ਮੋਲਡ ਕਰਨਾ ਆਉਣਾ ਚਾਹੀਦਾ ਹੈ ਕਿਸੇ ਦੇ ਹੋਰ ਦੇ ਕੁਝ ਕਹਿ ਦੇਣ ਤੋਂ ਉਹਨੂੰ ਇਨਫਲੂਐਂਸ ਨਹੀਂ ਹੋਣਾ ਚਾਹੀਦਾ ਜੇ ਉਹ ਇਨਫਲੂਐਂਸ ਹੋਏਗਾ ਉਹ ਪੋਜ਼ੀਟਿਵਲੀ ਵੀ ਇਨਫਲੂਐਂਸ ਹੋ ਸਕਦਾ ਹੈ 네ਗੇਟਿਵਲੀ ਵੀ ਹੋ ਸਕਦਾ ਹੈ ਪਰ ਰਹੇਗਾ ਹਮੇਸ਼ਾ ਡਿਪੈਂਡੈਂਟ ਹੀ ਐਦੇ ਵਾਸਤੇ ਕਹਿੰਦੇ ਨੇ ਨਾ ਕਿ ਆਪਣਾ ਰਿਮੋਟ ਕੰਟਰੋਲ ਹਮੇਸ਼ਾ ਆਪਣੇ ਹੱਥੇ ਚ ਰੱਖੋ ਦੂਜੇ ਦੇ ਹੱਥੇ ਚ ਆਪਣਾ ਰਿਮੋਟ ਕੰਟਰੋਲ ਨਹੀਂ ਦੇ ਹੁਣ ਤੁਸੀਂ ਦੱਸਿਆ ਕਿ ਅੱਛੀ ਖੁਰਾਕ ਨਾਲ ਅੱਛੀ ਸਿਹਤ ਰਹੇਗੀ ਤੇ ਅੱਛਾ ਮਨ ਰਹੇਗਾ ਤੇ ਅੱਛੇ ਮਨ ਨੂੰ ਬਣਾਉਣ ਵਾਸਤੇ ਮਨ ਨੂੰ ਕੈਸੀ ਖੁਰਾਕ ਦੇਣੀ ਚਾਹੀਦੀ ਹੈ ਕੋਈ ਲਿਟਰੇਚਰ ਕੋਈ ਮੈਡੀਟੇਸ਼ਨ ਕੋਈ ਯੋਗ ਬਿਲਕੁਲ ਬਿਲਕੁਲ ਇਹ ਸਾਰੇ ਖੁਰਾਕ ਨੇ ਜਿਹਦੇ ਤੁਸੀਂ ਹਜੇ ਨਾਮ ਲਿੱਤੇ ਨੇ ਬਹੁਤ ਅੱਛੀ ਰੀਡਿੰਗਸ ਬਹੁਤ ਅੱਛੀ ਰੀਡਿੰਗ ਸਕਿੱਲ ਹੈ ਬੁక్స్ ਆਰ ਆਲਵੇਸ ਗੁੱਡ ਫਰੈਂਡਸ ਬੁక్స్ ਨੂੰ ਆਪਣਾ ਦੋਸਤ ਬਣਾਣਾ ਬਹੁਤ ਅੱਛੀ ਹੈਬਿਟ ਹੈ ਚੰਗੇ ਲਿਟਰੇਚਰ ਪੜਨ ਨਾਲ ਸਾਨੂੰ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲਦਾ ਹੈ ਕਿਉਂਕਿ ਉਹਨਾਂ ਵਿੱਚ ਸੁਲਝੇ ਹੋਏ लाइन ऑफ थॉट ਹੁੰਦੇ ਨੇ ਤੇ ਉਹ ਰੀਡਿੰਗ ਹੈਬਿਟ ਹੋਣੀ ਚਾਹੀਦੀ ਹੈ ਯੋਗ ਡੈਫੀਨਿਟਲੀ ਲਾਈਫਸਟਾਈਲ ਦਾ ਇੱਕ ਪੈਟਰਨ ਹੋਣਾ ਚਾਹੀਦਾ ਹੈ ਐਕਸਰਸਾਈਜ਼ ਲਾਈਫਸਟਾਈਲ ਦਾ ਇੱਕ ਪੈਟਰਨ ਹੋਣਾ ਚਾਹੀਦਾ ਹੈ ਡੀਪ ਬਰੀਥਿੰਗ ਹੋਣੀ ਚਾਹੀਦੀ ਹੈ ਇਹਨਾਂ ਨਾਲ ਸੈਲਫ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਸੈਲਫ ਰੀਜੂਵਿਨੇਟ ਹੋ ਸਕਦਾ ਹੈ ਪਰਮਾਤਮਾ ਨੂੰ ਯਾਦ ਕਰੋ ਪਰਮਾਤਮਾ ਨੂੰ ਯਾਦ ਕਰੋ ਸੰਗੀਤ ਨਾਲ ਜੁੜ ਕੇ ਜਾਂ ਅਧਿਆਤਮ ਦੇ ਨਾਲ ਜੁੜ ਕੇ ਅਸੀਂ ਕਿਦਾਂ ਤਣਾਅ ਤੋਂ ਦੂਰ ਰਹਿ ਸਕਦੇ ਕਿਸੇ ਵੀ ਤਰੀਕਾ ਜਿਸ ਨੂੰ ਜੋ ਤਰੀਕਾ ਸਹੀ ਲਗੇ ਪਰ ਇਹ ਕਰਨਾ ਜ਼ਰੂਰੀ ਹੈ ਤੇ ਡੇਲੀ ਰੂਟੀਨ ਵਿੱਚ ਕਰਨਾ ਜ਼ਰੂਰੀ ਹੈ ਇਹਦਾ ਨਹੀਂ ਵਾਂਸ ਇਨ ਅ ਵਾਈਲ ਦੀਵਾਲੀ ਵਾਂਗ ਸਾਲ ਵਿੱਚ ਇੱਕ ਵਾਰੀ ਕਰ ਲਿਆ ਉਹ ਰੂਟੀਨ ਵਿੱਚ ਹੋਣਾ ਚਾਹੀਦਾ ਹੈ ਜੀ ਤੇ ਜਿਹਨਾਂ ਲੋਕਾਂ ਨੂੰ ਜ਼ਿਆਦਾ ਗੁੱਸਾ ਆਂਦਾ ਹੈ ਹਨਾ ਗੱਲ-ਗੱਲ ਤੇ ਗੁੱਸਾ ਆਂਦਾ ਚੀਜ਼ਾਂ ਚੱਕ ਕੇ ਵੀ ਸੁੱਟਦੇ ਨੇ ਇੰਨਾ ਗੁੱਸਾ ਆਂਦਾ ਹੈ ਇੱਥੋਂ ਤੱਕ ਕਿ ਜੇ ਕੋਈ ਟੀਵੀ ਜਾਂ ਮਸ਼ੀਨ ਠੀਕ ਨਹੀਂ ਚੱਲ ਰਹੀ ਅਸੀਂ ਉਹਦੇ ਤੇ ਵੀ ਗੁੱਸਾ ਆਪਣਾ ਕੱਢਦੇ ਹਾਂ ਕਿ ਇਹ ਵੀ ਸਟ੍ਰੈਸ ਦਾ ਹੀ ਇੱਕ ਹਿੱਸਾ ਹੈ ਖਾਣਾ ਵੀ ਭਗਾ ਕੇ ਮਾਰਦੇ ਨੇ ਕਈ ਵਾਰ ਇਹ ਵੀ ਹੋ ਜਾਂਦਾ ਹੈ ਜੀ ਅ ਨਹੀਂ ਇਹ ਡਾਇਰੈਕਟਲੀ ਸਟ्रेस ਦਾ ਹਿੱਸਾ ਨਹੀਂ ਹੈ ਉਹ ਜਿਹੜੀ ਆਪਾਂ ਨੈਗੇਟਿਵ ਸੈਲਫ ਇਮੇਜ ਦੀ ਗੱਲ ਕੀਤੀ ਹੈ ਜੇ ਕੋਈ ਵੀ ਚੀਜ਼ ਸਾਨੂੰ ਆਪਣੇ ਮੁਤਾਬਿਕ ਨਹੀਂ ਲੱਗਦੀ ਹਿਊਮਨ ਨੇਚਰ ਇਜ਼ ਵੈਰੀ ਕੰਟਰੋਲਿੰਗ ਜੇ ਸਾਨੂੰ ਕੋਈ ਵੀ ਕੋਈ ਵੀ ਚੀਜ਼ ਆਪਣੇ ਮੁਤਾਬਿਕ ਨਹੀਂ ਲੱਗਦੀ ਸਾਨੂੰ ਉਹ ਗਲਤ ਲੱਗਦਾ ਹੈ ਜੇ ਸਾਨੂੰ ਕੋਈ ਵੀ ਚੀਜ਼ ਜਾਂ ਕੋਈ ਵੀ ਇਨਸਾਨ ਗਲਤ ਲੱਗਦਾ ਸਾਨੂੰ ਲੱਗਦਾ ਉਹਨੂੰ ਠੀਕ ਹੋਣਾ ਚਾਹੀਦਾ ਪਰਫੈਕਸ਼ਨਿਜ਼ਮ ਹਾਂ ਜਦੋਂ ਕਿ ਸਾਰੇ ਜਾਣਦੇ ਨੇ ਕਿ ਕੋਈ ਵੀ ਪਰਫੈਕਟ ਨਹੀਂ ਹੈ ਐਜ਼ ਐਨ ਹਿਊਮਨ ਬੀਇੰਗ ਆਪਾਂ ਵੀ ਪਰਫੈਕਟ ਨਹੀਂ ਹੈ ਬਟ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਸਾਹਮਣੇ ਵਾਲਾ ਬੰਦਾ ਸਾਹਮਣੇ ਵਾਲੀ ਚੀਜ਼ ਪਰਫੈਕਟ ਹੋਏ ਤਾਂ ਸਾਨੂੰ ਗੁੱਸਾ ਆਉਂਦਾ ਹੈ ਕਿਉਂਕਿ ਉਹ ਚੀਜ਼ ਪਰਫੈਕਟ ਨਹੀਂ ਹੈ கரੈਕਟ ਨਹੀਂ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹਨੂੰ ਕਰੈਕਟ ਕਰੀਏ ਜੀ ਪਰ ਆਪਾਂ ਉਹਦੇ ਵਿੱਚ ਹੈਲਪਲੈਸ ਹੈ ਤੇ ਜਦੋਂ ਆਪਾਂ ਹੈਲਪਲੈਸ ਹੁੰਦੇ ਆ ਇਹਦਾ ਰਿਅਲਾਈਜ਼ ਹੁੰਦਾ ਸਾਨੂੰ ਆਪਾਂ ਹੋਰ ਜ਼ਿਆਦਾ ਗੁੱਸਾ ਹੋ ਜਾਂਦੇ ਨੇ ਤਾਂ ਗੁੱਸਾ ਵਧਦਾ ਜਾਂਦਾ ਹੈ ਮਤਲਬ ਐਕਸਪੈਕਟ ਉਹ ਕਰੋ ਉਸ ਚੀਜ਼ ਦੀ ਉਮੀਦ ਰੱਖੋ ਜਿਹੜੀ ਵਾਸਤਵਿਕ ਹੈ ਜਿਹੜੀ ਸਚਾਈ ਨਾਲ ਜੁੜੀ ਹੋਈ ਹੈ ਹਵਾ ਦੇ ਵਿੱਚ ਤਲਵਾਰਾਂ ਨਹੀਂ ਮਾਰਦੀਆਂ ਪਰ ਉਹ ਹੋ ਜਾਂਦਾ ਤਾਂ ਗੁੱਸਾ ਵੱਧ ਜਾਂਦਾ ਓਕੇ ਓਕੇ ਤਾਂ ਫਿਰ ਬੰਦੇ ਨੂੰ ਰਿਲੈਕਸ ਰਹਿਣਾ ਚਾਹੀਦਾ ਹਮੇਸ਼ਾ ਕਹਿੰਦੇ ਨੇ ਕਿ ਆਪਣੇ ਆਪ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਜਿੱਦਾਂ ਦਿਲ ਦੀ ਗੱਲ ਦੂਜੇ ਨਾਲ ਕਰਨੀ ਹੈ ਉਦਾਂ ਆਪਣੇ ਆਪ ਨਾਲ ਵੀ ਕਰਨੀ ਹੈ ਆਪਣੇ ਆਪ ਨਾਲ ਵੀ ਕਰਨੀ ਹੈ ਰੈਗੂਲਰ ਕਰਨੀ ਹੈ ਬਹੁਤ ਜ਼ਰੂਰੀ ਹੈ ਉਹਨਾਂ ਕਹਿੰਦੇ ਆਪਾਂ ਇਨਟਰੋਸਪੈਕਸ਼ਨ ਉਹ ਬਹੁਤ ਜ਼ਰੂਰੀ ਹੈ ਕਿ ਮੈਂ ਕੀ ਕੀਤਾ ਮੈਂ ਕਿਉਂ ਕੀਤਾ ਤੇ ਮੇਰਾ ਇਹਦੇ ਤੇ ਕੀ ਪ੍ਰਭਾਵ ਪਿਆ ਤੇ ਕਿ ਅਗਲੀ ਵਾਰ ਮੈਂ ਇਦਾਂ ਹੀ ਕਰਨਾ ਹੈ ਜੇ ਮੈਂ ਇਹ ਇੰਨਾ ਸੋਚ ਲਵਾਂ ਕਿ ਮੈਨੂੰ ਅਗਲੇ ਵਾਰ ਕਿਵੇਂ ਹੈਂਡਲ ਕਰਨੇ ਸਥਿਤੀ ਨੂੰ ਤੇ ਮੈਨੂੰ ਡਰ ਨਹੀਂ ਲੱਗੇਗਾ ਕਿਉਂਕਿ ਮੇਰੇ ਕੋਲ ਉਹਦਾ ਆਲਰੇਡੀ ਆਂਸਰ ਹੋਏਗਾ ਜੇ ਮੇਰੇ ਕੋਲ ਆਪਣੇ ਕਰੇ ਦਾ ਆਂਸਰ ਹੋਏਗਾ ਮੈਨੂੰ ਡਰ ਨਹੀਂ ਲੱਗੇਗਾ ਫਿਰ ਮੈਂ ਆਪਣੇ ਆਪ ਨੂੰ ਲਵ ਵੀ ਕਰਾਂਗੀ ਤੇ ਰਿਸਪੈਕਟ ਵੀ ਕਰਾਂਗੀ ਤੇ ਮੈਂ ਵਲਨਰੇਬਲ ਵੀ ਨਹੀਂ ਹੋਵਾਂਗੀ ਜੇ ਮੈਂ ਵਲਨਰੇਬਲ ਨਹੀਂ ਹਾਂ ਮੈਂ ਇਨਫਲੂਐਂਸ ਨਹੀਂ ਹੋਵਾਂਗੀ ਜੀ ਤੇ ਜੇ ਅਸੀਂ ਨੀਂਦ ਪੂਰੀ ਲੈਨੇ ਆ ਤੇ ਤਾਂ ਵੀ ਅਸੀਂ ਤਣਾਅ ਤੋਂ ਦੂਰ ਰਹਿ ਸਕਦੇ ਹਾਂ ਬਹੁਤ ਇੰਪੋਰਟੈਂਟ ਹੈ ਨੀਂਦ ਪੂਰੀ ਹੋਣਾ जिदा आप मोबाइल यूज करते हैं बैटरी मुक्ति बंद हो जाती है ज हैंग हो जाती है उसी तरह शरीर का भी है तो जो तक बॉडी कंप्लीट रेस्ट नहीं करेगी माइंड रेस्ट नहीं कर सकता जो माइंड रेस्ट ही नहीं करेगा वो रीस्टार्ट नहीं होएगा फिर वो हैंग होएगा जो हैंग होएगा हो मैमरी लैपेस होगी फिर सानू लगता है कि सू मैमरी की प्रॉब्लम है पर मैमरी की प्रॉब्लम नहीं सिस्टम है अपडेट करने सोना जरूरी है रेगुलर एंट से ਤੇ ਸੌਣ ਦੀ ਇੱਕ ਰੂਟੀਨ ਹੋਣੀ ਚਾਹੀਦੀ ਹੈ ਸਲੀਪ ਹਾਈਜਨ ਫੋਲੋ ਕਰਨਾ ਚਾਹੀਦਾ ਹੈ ਜਿਹੜਾ ਸਮਾਂ ਆਪਾਂ ਫਿਕਸ ਕੀਤਾ ਹੈ ਕਿ ਆਪਾਂ 8 ਵਜੇ ਸੌਣਾ ਹੈ 8 ਵਜੇ ਸੌਣਾ ਚਾਹੀਦਾ ਹੈ ਇਦਾਂ ਨਹੀਂ ਕਿ ਕਿਸੇ ਦਿਨ 7 ਵਜੇ ਸੋਗੇ ਕਿਸੇ ਦਿਨ 10 ਵਜੇ ਸੋਗੇ ਕਿਸੇ ਦਿਨ 2 ਵਜੇ ਸੋਗੇ ਇਹਦੇ ਨਾਲ ਸਲੀਪ ਪੈਟਰਨ ਖਰਾਬ ਹੁੰਦੀ ਹੈ ਫਿਰ ਜਦੋਂ ਸਲੀਪ ਪੈਟਰਨਸ ਖਰਾਬ ਹੁੰਦੇ ਨੇ ਸਾਡੇ ਬਾਡੀ ਵਿੱਚ ਬਹੁਤ ਛੋਟੇ ਛੋਟੇ ਕਲੌਕਸ ਨੇ ਉਹਨੂੰ ਆਪਾਂ ਸਕਾਰਡੀਅਮ ਰਿਦਮ ਕਹਿੰਦੇ ਨੇ ਫਿਰ ਉਹਦੇ ਕਾਰਨ ਬੋਵਲ ਮੂਵਮੈਂਟ ਖਰਾਬ ਹੁੰਦੇ ਨੇ ਫਿਰ ਕਨਸਟਿਪੇਸ਼ਨ ਤੇ ਹੋਰ ਤਰ੍ਹਾਂ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਤੇ ਜੇ ਤੁਸੀਂ ਸਲੀਪ ਨੂੰ ਰੈਗੂਲਰ ਰੱਖੋਗੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਖਾਣ ਪੀਣ ਦਾ ਸਮਾਂ ਵੀ ਫਿਕਸ ਹੋਣਾ ਚਾਹੀਦਾ ਹੈ ਨਾ। ਜੀ ਬਿਲਕੁਲ। ਜੀ। ਖਾਣ ਪੀਣ ਦਾ ਸਮਾਂ, ਸੌਣ ਦਾ ਸਮਾਂ ਸਭ ਚੀਜ਼ ਦਾ ਸਮਾਂ ਫਿਕਸ ਹੋਣਾ ਚਾਹੀਦਾ ਕਿਉਂਕਿ ਬੋਡੀ ਵਿੱਚ ਜਿਹੜੇ ਕਲੌਕਸ ਨੇ ਉਹ ਉਹਦੇ ਅਕੋਰਡਿੰਗਲੀ ਅਡਾਪਟ ਕਰਦੇ ਨੇ ਤੇ ਜੋ ਜੇ ਤੁਸੀਂ ਉਹਨੂੰ ਹਰ ਦਿਨ ਰੀਸੈਟ ਕਰੋਗੇ ਫਿਰ ਉਹ ਖਰਾਬ ਜਲਦੀ ਹੋ ਜਾਂਦੀ ਹੈ ਅਨੁਸ਼ਾਸਨ ਅਨੁਸ਼ਾਸਨ ਡਿਸਪਲਿਨ ਇਸ ਮਸਟ ਡਿਸਪਲਿਨ ਇਸ ਮਸਟ ਡਾਕਟਰ ਨੇਦੀ ਲਗਾਤਾਰ ਅਸੀਂ ਇਸ ਖਾਸ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਤੇ ਹੁਣ ਜਾਂਦੇ ਜਾਂਦੇ ਇੱਕ ਸੰਦੇਸ਼ ਮੈਸੇਜ ਦਰਸ਼ਕਾਂ ਨੂੰ ਜ਼ਰੂਰ ਦਿਓ ਤੇ ਦੱਸੋ ਕਿ ਤਣਾਅ ਤੋਂ ਉਹ ਕਿੱਦਾਂ ਪੂਰੀ ਤਰ੍ਹਾਂ ਮੁਕਤ ਰਹਿ ਸਕਦੇ ਨੇ ਤੇ ਜੇ ਉਹ ਕੋਸ਼ਿਸ਼ ਨਹੀਂ ਕਰਨਗੇ ਤੇ ਕਿਹੜੀ-ਕਿਹੜੀ ਗੰਭੀਰ ਸਮੱਸਿਆ ਉਹਨਾਂ ਨੂੰ ਹੋ ਸਕਦੀ ਹੈ ਤਣਾਵ ਨੂੰ ਹੈਂਡਲ ਕਰਨ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਆਪਣੇ ਆਪ ਨੂੰ ਐਡਰੈਸ ਕੀਤਾ ਜਾਵੇ ਜੇ ਕਿਸੇ ਪਰਿਸਥਿਤੀ ਵਿੱਚ ਸਾਨੂੰ ਸਾਡਾ ਕੋਈ ਵੀ ਕੰਮ ਸਹੀ ਨਹੀਂ ਲੱਗ ਰਿਹਾ ਜਾਂ ਸਾਨੂੰ ਕੋਈ ਵੀ ਚੀਜ਼ ਪਰੇਸ਼ਾਨ ਕਰ ਰਹੀ ਹੈ ਸਾਨੂੰ ਰੁਕ ਕੇ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਮੈਂ ਇਹ ਚੀਜ਼ ਇੰਜੋਏ ਕਿਉਂ ਨਹੀਂ ਕਰ ਰਿਹਾ ਜਾਂ ਮੈਨੂੰ ਕੀ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਕਿਹੜੀ ਗੱਲ ਬੁਰੀ ਲੱਗ ਰਹੀ ਹੈ ਜੇ ਆਪਾਂ ਇਹਨਾਂ ਨੂੰ ਐਨਾਲਾਈਜ਼ ਕਰਨਾ ਸਿੱਖ ਲਈਏ ਤੇ ਸਾਨੂੰ ਤਣਾਵ ਨਹੀਂ ਹੋਏਗਾ ਤੇ ਜੇ ਤਣਾਵ ਹੁੰਦਾ ਵੀ ਹੈ ਆਪਾਂ ਉਹਦੇ ਸੋਲੂਸ਼ਨ ਲਈ ਕਿਸੇ ਨਾ ਕਿਸੇ ਨਾਲ ਹੱਲ ਕਰਾਂਗੇ ਕਿਸੇ ਨਾਲ ਗੱਲ ਕਰਕੇ ਉਹਦਾ ਹੱਲ ਮਿਲ ਵੀ ਜਾਏਗਾ ਜੇ ਸਾਨੂੰ ਕਿਸੇ ਨਾਲ ਗੱਲ ਕਰਕੇ ਉਹਦਾ ਹੱਲ ਨਹੀਂ ਮਿਲਦਾ ਸਾਨੂੰ ਪ੍ਰੋਫੈਸ਼ਨਲ ਹੈਲਪ ਮਿਲ ਸਕਦੀ ਹੈ ਤੇ ਪ੍ਰੋਫੈਸ਼ਨਲ ਹੈਲਪ ਵਿੱਚ ਉਹਦਾ ਕੰਪਲੀਟ ਸੋਲੂਸ਼ਨ ਅਸ਼ੂਰਡ ਹੈ ਸੋ ਡਾਕਟਰ ਜੀ ਇਹ ਹੋ ਗਿਆ ਸੋਲੂਸ਼ਨ ਬਾਰੇ ਜੀ ਮੈਂ ਵੀ ਰਿਲੈਕਸ ਹੋ ਗਏ ਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਗਾ ਵੀ ਰਿਲੈਕਸ ਹੋ ਗਏ ਨੇ ਸਾਡੇ ਦਰਸ਼ਕ ਵੀ ਰਿਲੈਕਸ ਹੋ ਗਏ ਨੇ ਔਰ ਸਾਨੂੰ ਸਾਰਿਆਂ ਨੂੰ ਰਿਲੈਕਸ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀਡੀ ਪੰਜਾਬੀ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਥੈਂਕ ਯੂ ਸ਼ੁਕਰੀਆ ਸ਼ੁਕਰੀਆ ਥੈਂਕ ਯੂ